ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਸੰਤ ਮਹਲਾ ਤੀਜਾ, ਅੰਤਰ ਪੂਜਾ ਮਨ ਤੇ ਹੋਏ, ਏਕੋ ਵੇਖੈ ਔਰ ਨਾ ਕੋਏ। ਅੰਤਰ ਪੂਜਾ ਮਨ ਤੇ ਹੋਏ, ਏਕੋ ਵੇਖੈ ਔਰ ਨਾ ਕੋਏ। ਦੂਜੈ ਲੋਕੀ ਬਹੁਤ ਦੁੱਖ ਪਾਇਆ, ਸਤਿਗੁਰ ਮੈਨੂੰ ਏਕ ਦਿਖਾਇਆ। ਮੇਰਾ ਪ੍ਰਭ ਮੌਲਿਆ ਸਦ ਬਸੰਤ, ਇਹ ਮਨ ਮੌਲਿਆ ਗਾਏ ਗੁਣ ਗੋਬਿੰਦ ਰਹਾਉ। ਗੁਰ ਪੂਛੋ ਤੁਮ ਕਰੋ ਵਿਚਾਰ, ਤਾਂ ਪ੍ਰਭ ਸਾਚੇ ਲਗੈ ਪਿਆਰ। ਆਪ ਛੋੜ ਹੋਏ ਦਾਸਤ ਪਾਏ, ਤਉ ਜਗ ਜੀਵਨ ਵਸੈ ਮਨ ਆਏ। ਭਗਤ ਕਰੇ ਸਦ ਵੇਖੈ ਹਜ਼ੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਇਸ ਭਗਤੀ ਕਾ ਕੋਈ ਜਾਣੈ ਪਿਓ, ਸਭ ਮੇਰਾ ਪ੍ਰਭ ਆਤਮ ਦਿਓ। ਆਪੇ ਸਤਿਗੁਰ ਮੇਲ ਮਿਲਾਏ, ਜਗ ਜੀਵਨ ਸਿਓ ਆਪ ਚਿਤ ਲਾਏ। ਮਨ ਤਨ ਹਰਿਆ ਸਹਿਜ ਸੁਭਾਏ, ਨਾਨਕ ਨਾਮ ਰਹੇ ਲਿਵਲਾਏ। ਆਪੇ ਸਤਿਗੁਰ ਮੇਲ ਮਿਲਾਏ, ਜਗ ਜੀਵਨ ਸਿਓ ਆਪ ਚਿਤ ਲਾਏ। ਮਨ ਤਨ ਹਰਿਆ ਸਹਿਜ ਸੁਭਾਏ, ਨਾਨਕ ਨਾਮ ਰਹੇ ਲਿਵਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਪ੍ਰਭਾਤ ਸਮੇਂ ਗੁਰੂ ਹਜ਼ੂਰੀ ਨੂੰ ਅਸੀਂ ਮਾਣ ਪਾ ਰਹੇ ਹਾਂ, ਵਡਭਾਗੀ ਹਾਂ। ਆਸਾ ਕੀ ਵਾਰ ਦਾ ਕੀਰਤਨ ਸੰਪੂਰਨ ਹੋਇਆ, ਹੁਣ ਜੋ ਸਮਾਂ ਹੈ ਉਹ ਲੜੀਵਾਰ ਗੁਰਬਾਣੀ ਵਿਆਖਿਆ ਦਾ ਹੈ। ਰਾਗ ਬਸੰਤ ਦੇ ਬਚਨ ਸਾਨੂੰ ਪ੍ਰਾਪਤ ਨੇ। ਗੁਰੂ ਅਮਰਦਾਸ ਮਹਾਰਾਜ, ਨਾਨਕ ਜੋਤ ਦਾ ਤੀਸਰਾ ਜਾਮਾ, ਇਹਨਾਂ ਬਚਨਾਂ ਨੂੰ ਉਚਰਿਤ ਕਰ ਰਿਹਾ ਹੈ। ਬੀਤੇ ਤੋਂ ਅਸੀਂ ਇਸ ਬਚਨ ਨੂੰ ਵਿਚਾਰਦੇ ਆ ਰਹੇ ਹਾਂ। ਰਹਾਉ ਦਾ ਬੰਧ ਅਤੇ ਸ਼ੁਰੂਆਤੀ ਪਦਾ ਵਿਚਾਰਿਆ, ਲਾਸਟ ਜੋ ਤਿੰਨ ਪਦੇ ਇਸ ਸ਼ਬਦ ਦੇ ਬਣਦੇ ਨੇ ਉਹਨਾਂ ਦੀ ਵਿਚਾਰ ਅਸੀਂ ਕਰਨੀ ਹੈ। ਬਚਨ ਦੇ ਉੱਤੇ ਇੱਕ ਸਰਸਰੀ ਨਜ਼ਰ ਰਹਾਉ ਦੇ ਪਦੇ ਤੋਂ ਹੀ ਪਾ ਕੇ ਅਸੀਂ ਅੱਗੇ ਵਧਾਂਗੇ। ਸਾਹਿਬ ਜ਼ਿਕਰ ਕਰ ਰਹੇ ਸੀ, ਮੇਰਾ ਪ੍ਰਭ ਮੌਲਿਆ ਸਦ ਬਸੰਤ, ਇਹ ਮਨ ਮੌਲਿਆ ਗਾਏ ਗੁਣ ਗੋਬਿੰਦ ਰਹਾਉ। ਮੇਰਾ ਪ੍ਰਭ ਮੌਲਿਆ ਸਦ ਬਸੰਤ, ਬਸੰਤ ਬਹਾਰ ਸਪਰਿੰਗ, ਖੁਸ਼ੀ ਦਾ ਮਾਹੌਲ, ਇੱਕ ਐਸਾ ਸੀਜ਼ਨ
ਜਿਹਨੂੰ ਹਰ ਕੋਈ ਲੋਚਦਾ ਕਿ ਬਹਾਰ ਰਹੇ ਹਰ ਵਕਤ, ਹਰ ਵਕਤ ਬਾਗੇ ਫਿਰਦੌਸ ਬਣੀ ਰਹੇ। ਅਤੇ ਗੁਰਦੇਵ ਜ਼ਿਕਰ ਕਰਦੇ ਕੁਦਰਤ ਦੇ ਬਣੇ ਹੋਏ ਨਿਯਮ ਦੇ ਵਿੱਚ ਤਬਦੀਲੀ ਬਦਲਾਅ, ਇਹਨੂੰ ਤਾਂ ਕੋਈ ਕਿਸੇ ਰੂਪ ਦੇ ਵਿੱਚ ਕਹਿ ਲਓ ਕਿ ਆਪਣੇ ਆਪ ਨੂੰ ਐਕਸੈਪਸ਼ਨਲ ਲੈਵਲ 'ਤੇ ਨਹੀਂ ਲਿਆ ਸਕਦਾ, ਅਵੋਇਡ ਨਹੀਂ ਕਰ ਸਕਦਾ ਇਸ ਨੂੰ। ਇਹ ਤਾਂ ਹੋਏਗੀ, ਇਹ ਤਾਂ ਚੀਜ਼ਾਂ ਬਦਲਦੀਆਂ, ਹਰ ਚੀਜ਼ ਉਸ ਰੂਪ ਵਿੱਚ ਆਉਂਦੀ ਜਾਂਦੀ ਰਹਿੰਦੀ। ਪਰ ਐਜ਼ ਏ ਹਿਊਮਨ ਬੀਂਗ, ਇੱਕ ਸਟੇਟ ਆਫ ਮਾਇੰਡ ਆ, ਇੱਕ ਮਨ ਦੀ ਦਸ਼ਾ ਆ, ਜਿਹਨੂੰ ਅਸੀਂ ਸਾਰੇ ਅਰਨ ਕਰ ਸਕਦੇ ਹਾਂ, ਅਟੇਨ ਕਰ ਸਕਦੇ ਹਾਂ, ਲੱਭ ਸਕਦੇ ਹਾਂ ਅਤੇ ਉਸਨੂੰ ਲਗਾਤਾਰਤਾ ਨਾਲ ਮਾਣ ਸਕਦੇ ਹਾਂ, ਅਤੇ ਉਹ ਹੈ ਵਾਹਿਗੁਰੂ ਦੇ ਨਾਲ ਆਤਮ ਸਾਥ ਹੋ ਕੇ ਇਸ ਵੱਡੇ ਰੰਗ ਦੇ ਵਿੱਚ ਜੋ ਸਭ ਰੰਗਾਂ 'ਚ ਫੈਲ ਰਿਹਾ ਹੈ ਉਹਦੇ ਨਾਲ ਆਪਣੇ ਆਪ ਨੂੰ ਸਾਰੰਗ ਕਰਕੇ। ਸੋ ਸਾਹਿਬ ਨੇ ਜ਼ਿਕਰ ਕੀਤਾ ਕਿ ਜਦੋਂ ਮੈਂ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦਾ ਅਹਿਸਾਸ ਸੁਰਤ 'ਚ ਪਾਇਆ ਅਤੇ ਮਹਿਸੂਸ ਹੋਇਆ ਉਹੀ ਮੌਲ ਰਿਹਾ ਚਾਰ ਚੁਪੇਰੇ, ਹਰ ਅਵਸਥਾ ਦੇ ਵਿੱਚ ਉਹ ਹੈ, ਸੋ ਇਸ ਸਦਕਾ ਜਿਹੜਾ ਸਦ ਬਸੰਤ ਆ ਮਾਨਣ ਦੀ ਜਾਚ ਆ ਗਈ, ਮੇਰਾ ਪ੍ਰਭ ਮੌਲਿਆ ਸਦ ਬਸੰਤ। ਫਿਰ ਜ਼ਿਕਰ ਆਇਆ ਇਹ ਮਨ ਮੌਲਿਆ ਗਾਏ ਗੁਣ ਗੋਬਿੰਦ। ਅੱਛਾ ਗੁਰੂ ਅਮਰਦਾਸ ਸਾਹਿਬ ਜੀ, ਇਹ ਬਾਤ ਹੋਈ ਤਾਂ ਹੋਈ ਕਿਵੇਂ, ਕਿਵੇਂ ਤੁਸੀਂ ਇਸ ਚੀਜ਼ ਨੂੰ ਮਾਣ ਪਾਏ? ਕਹਿੰਦੇ ਮਾਨਣ ਦਾ ਕਾਰਨ ਇਹ ਬਣਿਆ ਕਿ ਇਹ ਮਨ ਮੌਲਿਆ, ਇਹ ਉਦੋਂ ਮਨ ਮੌਲ ਗਿਆ ਜਦੋਂ ਗਾਏ ਗੁਣ ਗੋਬਿੰਦ, ਜਦੋਂ ਗੋਬਿੰਦ ਦੇ ਗੁਣਾਂ ਦਾ ਇਸਨੇ ਗਾਇਨ ਕੀਤਾ। ਵੈਸੇ ਮਨ ਦੀ ਅਵਸਥਾ ਇਹ ਹੈ ਕਿ ਮਨ ਹਰ ਵਕਤ ਕੁਝ ਨਾ ਕੁਝ ਗਾ ਰਿਹਾ ਹੈ। ਵੀ ਆਲ ਹੈਵ ਸਮ ਸੋਰਟ ਆਫ ਬਜ਼ ਸਾਊਂਡ ਇਨ ਆਵਰ ਥੋਟਸ, ਸਾਡੇ ਵਿਚਾਰਾਂ ਦੇ ਵਿੱਚ ਕੁਝ ਨਾ ਕੁਝ ਹਰ ਵਕਤ ਚੱਲ ਰਿਹਾ ਹੈ। ਉਹ ਜਿਹੋ ਜਿਹਾ ਚੱਲਦਾ ਆ ਉਸੇ ਤਰੀਕੇ ਦੇ ਨਾਲ ਅੰਦਰ ਸਾਡੀ ਰੌਂ ਜਾਂ ਫੀਲਿੰਗ ਬਣਦੀ ਹੈ। ਹੁਣ ਜੇ ਆਪਾਂ ਵਿਚਾਰਾਂ ਦੇ ਵਿੱਚ ਕੁਝ ਇਹੋ ਜਿਹੀਆਂ ਕਹਿ ਲਓ ਕਿ ਪੂਣੀਆਂ ਕੱਤ ਰਹੇ ਹਾਂ ਜਿਹਦੇ 'ਚ ਗਮਗੀਨਤਾ ਹੈ, ਪਛਤਾਵੇ ਨੇ, ਕੁਝ ਆਪਣੇ ਆਪੇ ਦੇ ਉੱਤੇ ਇਤਰਾਜ਼ ਹੈ, ਕੁਝ ਆਲੇ ਦੁਆਲੇ 'ਤੇ ਇਤਰਾਜ਼ ਹੈ, ਅਤੇ ਬੰਦਾ ਇੱਕ ਗਿਲੇ ਸ਼ਿਕਵੇ ਦੀ ਇੱਕ ਦੁਨੀਆ ਅੰਦਰ ਸਿਰਜੀ ਬੈਠਾ ਆ, ਇਹੋ ਜਿਹੇ ਬੰਦੇ ਨੂੰ ਤੁਸੀਂ ਕਹੋ ਵੀ ਤੂੰ ਬੜੀ ਚੜ੍ਹਦੀ ਕਲਾ 'ਚ ਹੋਵੇਂਗਾ, ਉਹ ਕਿਵੇਂ ਹੋਏਗਾ? ਉਹ ਤਾਂ ਅੰਦਰ ਦੱਸ ਹੀ ਰਿਹਾ ਕਿ ਅੰਦਰ ਤਾਂ ਬੁੱਝ ਰਿਹਾ ਲਗਾਤਾਰ। ਅਤੇ ਉਹ ਇਹ ਵੀ ਅਵਸਥਾ ਚੇਤੇ ਰੱਖੀਏ, ਮਨ ਲੰਬਾ ਸਮਾਂ ਇਹਨੂੰ ਕੈਰੀ ਵੀ ਨਹੀਂ ਕਰ ਸਕਦਾ। ਮਨ ਜਿੰਨੀ ਪਰੇਸ਼ਾਨੀ ਹੈ, ਪਛੇਮੀਨਗੀ ਹੈ, ਜਿਹਨੂੰ ਅਸੀਂ ਸੈਲਫ ਬੀਟਿੰਗ ਕਹਿੰਦੇ ਹਾਂ, ਆਪਣੇ ਆਪ ਨੂੰ ਕੁਰਦਨਾ, ਕੁਰੇ ਆਪਣੇ ਆਪ ਨੂੰ ਜਿਹੜਾ ਹੈਗਾ ਮਾੜਾ ਬੋਲਣਾ ਸਭ ਚੀਜ਼ਾਂ ਦੇ ਰੂਪ ਦੇ ਵਿੱਚ, ਇਹ ਮਨ ਕਰਦਾ ਆ ਅਤੇ ਕਰਦਾ ਕਰਦਾ ਬੋਝਲ ਹੋ ਜਾਂਦਾ, ਅੱਕ ਜਾਂਦਾ, ਥੱਕ ਜਾਂਦਾ, ਅਤੇ ਅੱਕਿਆ ਥੱਕਿਆ ਹੋਇਆ ਫਿਰ ਕਰੇ ਅਤੇ ਕਰੇ ਕੀ? ਫਿਰ ਉਸ ਸਾਰੀ ਉਸ ਬੋਝਲ ਪੁਣੇ ਦੇ ਵਿੱਚੋਂ ਮਨ ਆਪਣੇ ਵੱਲੋਂ ਸਿਰਜਿਆ ਹੋਇਆ ਸਾਰਾ ਕਲਹ ਕਲੇਸ਼, ਕਿਸੇ ਬਿਮਾਰੀ ਦੀ, ਕਿਸੇ ਕਹਿ ਲਓ ਕਿ ਫਿਜ਼ੀਕਲ ਇਸ਼ੂ ਦੀ ਸ਼ੇਪ ਦੇ ਵਿੱਚ ਤਨ ਨੂੰ ਕਹਿੰਦਾ ਹੁਣ ਤੂੰ ਹੰਡਾ ਚੱਲ। ਮੈਂ ਬਥੇਰੀਆਂ ਇਸ ਤਰੀਕੇ ਦੀਆਂ ਕਹਿ ਲਿਆ ਕਿ ਪੂਣੀਆਂ ਕੱਤ ਲਈਆਂ, ਹੁਣ ਤੂੰ ਐਟਲੀਸਟ ਹੋਰ ਕੁਛ ਨਹੀਂ, ਹੈਡਕ 'ਤੇ ਹੰਡਾ, ਸਿਰ ਪੀੜ 'ਤੇ ਹੋਵੇ ਘੱਟ ਤੋਂ ਘੱਟ, ਸਰੀਰ ਨੂੰ ਸਿਰ 'ਤੇ ਪੀੜ ਹੋਏ ਥੋੜ੍ਹਾ ਬਹੁਤਾ, ਬਲੱਡ ਪ੍ਰੈਸ਼ਰ 'ਤੇ ਹਾਈ ਆ ਲੋਅ 'ਤੇ ਹੋਏ ਘੱਟ ਤੋਂ ਘੱਟ, ਕੁਝ ਨਾ ਕੁਝ ਅਲਸਰ 'ਤੇ ਬਣੇ ਤੇਰੇ ਅੰਦਰ ਵੀ। ਮੈਂ ਤਾਂ ਬਥੇਰੀਆਂ ਕੁੱਤ ਲਈਆਂ, ਬਥੇਰਾ ਇਸ ਸਾਰਾ ਕੁਛ ਕਰ ਲਿਆ, ਹੁਣ ਐਟਲੀਸਟ ਤੂੰ ਹੋਰ ਕੁਛ ਹੀ ਤੇਰੇ ਪੈਰ 'ਤੇ ਸੜਨ ਚੱਲ। ਇਸ ਰੂਪ ਦੇ ਵਿੱਚ ਇਹ ਇਹਨੂੰ ਹੀ ਡਾਕਟਰ ਕਹਿ ਦਿੰਦੇ ਨੇ ਹੈ, ਵੀ ਡੋਂਟ ਫਾਈਂਡ ਐਨੀ ਫਿਜ਼ੀਕਲ ਰੀਜ਼ਨ, ਸਾਨੂੰ ਕੋਈ ਬਾਹਰੋਂ ਤਾਂ ਕੁਛ ਨਹੀਂ ਪਤਾ ਲੱਗਾ ਵੀ ਕੋਈ ਬਿਮਾਰੀ ਹੈ ਤੇਰੇ ਅੰਦਰ, ਕੁਝ ਹੈ ਇਹ ਨਾ ਤੇਰਾ ਸਟ੍ਰੈਸ ਕਰਕੇ ਹੋ ਰਿਹਾ। ਬੰਦਾ ਕਹਿੰਦਾ ਕਮਾ ਲਿਆ, ਕੋਈ ਫਿਜ਼ੀਕਲ ਰੀਜ਼ਨ ਹੋਏ ਅਲਸਰ ਬਣਨ ਦਾ, ਫਿਜ਼ੀਕਲ ਰੀਜ਼ਨ ਹੋਏ ਕੋਈ ਮੈਟਾਬਲਿਜ਼ਮ ਦੇ ਖਰਾਬ ਹੋਣ ਦਾ, ਕੋਈ ਫਿਜ਼ੀਕਲ ਰੀਜ਼ਨ ਹੋਏ ਮੇਰੇ ਥਾਇਰੋਇਡ ਨੂੰ ਜਿਹੜਾ ਹੈਗਾ ਕਿਸੇ ਰੂਪ ਦੇ 'ਚ ਕਿਸੇ ਇਸ਼ੂ ਆਉਣ ਦਾ, ਮੇਰੀ ਮਾਈਗ੍ਰੇਨ ਦਾ ਕੋਈ ਫਿਜ਼ੀਕਲ ਇਸ਼ੂ ਹੈ? ਉਹ ਕਹਿੰਦੇ ਨਹੀਂ, ਐਸਾ ਕੁਛ ਨਹੀਂ ਹੈਗਾ, ਇਹ ਐਕਚੁਲੀ ਕੋਈ ਮਨ ਦੇ ਵਲਵਲੇ, ਇਹ ਹੈ ਇਹ ਮਨ ਹੀ ਜਿਹੜੀਆਂ ਸਾਰੀਆਂ ਵਿਚਾਰਾਂ ਦੀਆਂ ਖਿਆਲਾਂ ਦੀਆਂ ਉਹ ਬਣਤਰਾਂ ਬੁਣ ਰਿਹਾ,
ਉਹ ਜਦੋਂ ਬਹੁਤ ਨਾ ਪੱਕੀ ਹੁੰਦੀਆਂ ਨੇ ਅਤੇ ਲੌਂਗ ਰਨ ਦੇ ਵਿੱਚ ਤੁਹਾਨੂੰ ਦੁੱਖ ਬਿਮਾਰੀ ਕਈ ਰੂਪਾਂ ਦੇ ਵਿੱਚ ਇਹ ਆਮਦ ਆਉਂਦੀ ਹੈ। ਹਾਂ ਇਹ ਵੀ ਸੱਚ ਆ ਕਿ ਜੇ ਕਿਤੇ ਮਨ ਦੀ ਦੁਨੀਆ ਬਦਲ ਜਾਏ ਤਾਂ ਫਿਜ਼ੀਕਲੀ ਬੜੇ ਰੀਜ਼ਨ ਤੁਹਾਨੂੰ ਮਿਲ ਜਾਣਗੇ, ਡਾਕਟਰ ਕਹੇਗਾ ਅਦਰਵਾਈਜ਼ ਆਹ ਵੀ ਇਸ਼ੂ ਲੱਗਦਾ, ਆਹ ਵੀ ਲੱਗਦਾ, ਆਹ ਵੀ ਲੱਗਦਾ, ਪਰ ਆਲ ਓਵਰ ਬੰਦਾ ਕਹਿੰਦਾ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ, ਆਈ ਐਮ ਟੋਟਲੀ ਐਕਚੁਅਲੀ ਕਾਇੰਡ ਆਫ ਯੂ ਕੈਨ ਸੇ ਪਰਫੈਕਟ ਫਰੋਮ ਦੈਟ ਸਾਈਡ। ਡਾਕਟਰ ਕਹੇਗਾ ਇਹ ਗਜਬ ਦੀ ਗੱਲ ਹੈ। ਕਾਰਨ ਕੀ ਹੈ? ਕਿਉਂਕਿ ਮਨ ਦੀ ਦੁਨੀਆ 'ਚ ਕੁਝ ਹੋਰ ਬਜ਼ ਹੋ ਰਿਹਾ ਹੈ, ਕੁਝ ਇਹੋ ਜਿਹਾ ਮੌਲਣਾ ਆ ਗਿਆ ਆ ਜਿਹਦੇ ਕਰਕੇ ਇਹ ਚੀਜ਼ਾਂ ਬਗ ਨਹੀਂ ਕਰ ਪਾ ਰਹੀਆਂ ਹੁਣ, ਇਹਨਾਂ ਦਾ ਹੋਣਾ ਵੀ ਨਾ ਹੋਣ ਦੇ ਬਰਾਬਰ ਹੈ। ਇਹ ਮਹਾਰਾਜ ਕਹਿੰਦੇ ਹਮੇਸ਼ਾ ਬਾਹਰ ਬਸੰਤ ਨਹੀਂ ਰਹੇਗੀ, ਹਾਂ ਜਿਹੜੀ ਬਸੰਤ ਤੂੰ ਮਾਣ ਸਕਦਾ ਤੇਰੇ ਅੰਦਰੋਂ ਆਏਗੀ ਅਤੇ ਉਹ ਸਦ ਬਸੰਤ ਹੋਏਗੀ। ਬਾਹਰ ਪਤਝੜ ਵੀ ਆਏਗੀ, ਸਿਆਲ ਵੀ ਆਏਗਾ, ਬਹੁਤ ਸਾਰੀਆਂ ਰੁੱਤਾਂ ਬਦਲਣਗੀਆਂ, ਗਰਮੀ ਵੀ ਆਏਗੀ, ਪਰ ਜਿਹੜੀ ਸਦ ਬਸੰਤ ਆ ਉਹ ਮਨ ਦੀ ਹੈ ਅਤੇ ਉਹ ਤੋਂ ਮਾਣ ਪਾ ਰਿਹਾ ਹੈ। ਮਹਾਰਾਜ ਉਹਦੀ ਬਾਤ ਕਰਦੇ ਇਹ ਪੋਸੀਬਲ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਮਨ ਮੌਲਿਆ ਗਾਏ ਗੁਣ ਗੋਬਿੰਦ, ਜਦੋਂ ਇਸਨੇ ਗੋਬਿੰਦ ਦੇ ਗੁਣਾਂ ਦਾ ਗਾਇਨ ਕਰਨਾ ਉਹਨੂੰ ਅਡਾਪਟ ਕਰ ਲਿਆ, ਉਸ ਰੂਪ ਵਿੱਚ ਭਗਤੀ ਦਾ ਭਾਵ ਪਕੜ ਲਿਆ, ਰਹਾ ਉਹਦਾ ਬੰਦ ਆ। ਹੁਣ ਆ ਜਾਈਏ ਜੋ ਦੋ ਨੰਬਰ ਪਦਾ ਬਣਦਾ ਹੈ। ਸਾਹਿਬ ਕਹਿੰਦੇ ਗੁਰ ਪੁੱਛੋ ਤੁਮ ਕਰੋ ਵਿਚਾਰ ਤਾਂ ਪ੍ਰਭ ਸਾਚੇ ਲਗੇ ਪਿਆਰ। ਤੁਹਾਡੇ ਵਾਹਿਗੁਰੂ ਜੀ ਦੇ ਨਾਲ ਤੁਹਾਡਾ ਪਿਆਰ ਬਣ ਸਕਦਾ, ਪਰ ਇਹ ਤਾਂ ਬਣੇਗਾ, ਤਾਂ ਕੰਡੀਸ਼ਨਲ ਸ਼ਬਦ ਆ, ਜੇ ਤੁਸੀਂ ਆਹ ਕੰਡੀਸ਼ਨ ਫੁਲਫਿਲ ਕਰੋਗੇ। ਤੇ ਕਿਹੜੀ ਕੰਡੀਸ਼ਨ ਮਹਾਰਾਜ ਕਹਿੰਦੇ ਗੁਰ ਪੁੱਛੋ ਤੁਮ ਕਰੋ ਵਿਚਾਰ। ਗੁਰ ਪੁੱਛੋ ਵਿਚਾਰ, ਜਿਵੇਂ ਅਰਲੀਅਰ ਮੈਂ ਬਾਤ ਕੀਤੀ ਹੈ ਕਿ ਸਾਡੇ ਸਾਰਿਆਂ ਦੇ ਅੰਦਰ ਵਿਚਾਰ ਤਾਂ ਹੁੰਦੇ ਰਹਿਣਗੇ, ਚੰਗੇ ਦੇ ਵੀ, ਮਾੜੇ ਦੇ ਵੀ, ਸਹੀ ਦੇ ਵੀ, ਜਿਹੜੇ ਹੋਣੇ ਚਾਹੀਦੇ ਉਹ ਵੀ, ਜਿਹੜੇ ਨਹੀਂ ਹੋਣੇ ਚਾਹੀਦੇ ਉਹ ਵੀ, ਮਤਲਬ ਇਸ ਕਿਸਮ ਦੇ ਨਾਲ ਵਿਚਾਰ ਬੰਦੇ ਦੇ ਅੰਦਰ ਚੱਲਦੇ ਸਾਰੇ ਦੇ ਸਾਰੇ। ਪਰ ਇਹ ਕਿਸੇ ਕੋਲੋਂ ਅਸੀਂ ਪੁੱਛ ਕੇ, ਕਿਹਦੇ ਕੋਲੋਂ ਇੰਸਪੀਰੇਸ਼ਨ ਲੈ ਕੇ, ਕਿਹਦੇ ਕੋਲੋਂ ਪ੍ਰੇਰਣਾ ਲੈ ਕੇ ਵਿਚਾਰ ਲਏ ਨੇ, ਇਹ ਬਹੁਤ ਚੀਜ਼ ਬਹੁਤ ਕੁਝ ਡਿਪੈਂਡ ਕਰਦਾ ਆ। ਕਈ ਵਾਰੀ ਮੈਂ ਕਹਿੰਦਾ ਹੁੰਦਾ ਵਾਂ ਮਾਪਿਆਂ ਨੂੰ ਕਿ ਬੱਚਿਆਂ ਨਾਲ ਜਦੋਂ ਗੱਲ ਕਰਦੇ ਹੋ ਤਾਂ ਬੱਚੇ ਤੁਹਾਨੂੰ ਕੁਝ ਦੱਸਦੇ ਨੇ, ਕੁਝ ਬਿਹੇਵੀਅਰ ਤੁਹਾਡੇ ਸਾਹਮਣੇ ਡੈਮੋਸਟ੍ਰੇਟ ਕਰਦੇ ਨੇ, ਕੁਝ ਵਿਹਾਰ ਇਹੋ ਜਿਹਾ ਕਰਦੇ ਜਿਹੜਾ ਤੁਹਾਨੂੰ ਗਵਾਰਾ ਨਹੀਂ ਗਾ, ਤੁਹਾਨੂੰ ਠੀਕ ਨਹੀਂ ਲੱਗਦਾ ਵੀ ਆਹ ਵਿਹਾਰ ਨਹੀਂ ਕਰਨਾ ਚਾਹੀਦਾ, ਐਵੇਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬੱਚੇ ਨੂੰ ਸਾਡੇ ਨਾਲ, ਜਾਂ ਇਸ ਤਰੀਕੇ ਦੇ ਨਾਲ ਸਾਡੇ ਨਾਲ ਉਸਨੂੰ ਪੇਸ਼ ਨਹੀਂ ਆਉਣਾ ਚਾਹੀਦਾ, ਸਾਡੇ ਨਾਲ ਇਸ ਤਰੀਕੇ ਦੇ ਨਾਲ ਇਹਦਾ ਸਾਡੇ ਪ੍ਰਤੀ ਰਵੱਈਆ ਨਹੀਂ ਹੋਣਾ ਚਾਹੀਦਾ। ਇੱਕ ਇਹੋ ਜਿਹਾ ਮਾਹੌਲ ਸਿਰਜੋ, ਉਸ ਮਾਹੌਲ ਦੇ ਵਿੱਚ ਉਸ ਬੱਚੇ ਨੂੰ ਇੱਕ ਲੈਵਲ 'ਤੇ ਇਹ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕਰੋ, ਪੁੱਛੋ ਉਸਨੂੰ ਪੁੱਤ ਇਹ ਰਾਵਾਂ ਤੇਰੇ ਅੰਦਰ ਕਿੱਥੋਂ ਆਈਆਂ, ਇਹ ਵਿਚਾਰ ਤੂੰ ਕਿੱਥੋਂ ਅਡੋਪਟ ਕੀਤੇ ਨੇ, ਸੋਰਸ 'ਤੇ ਪਤਾ ਲੱਗੇ ਘੱਟ ਤੋਂ ਘੱਟ। ਜਦੋਂ ਇਹ ਚੀਜ਼ ਤੁਸੀਂ ਬੱਚੇ ਦੇ ਸਾਹਮਣੇ ਪ੍ਰਜੈਂਟ ਕਰ ਪਾਓਗੇ ਨਾ, ਤਾਂ ਬੱਚਾ ਫਿਰ ਰਿਅਲਾਈਜ਼ ਕਰੇਗਾ ਯਾ ਆਈ ਹੈਵ ਟੂ ਥਿੰਕ ਅਬਾਊਟ ਇਟ, ਵਾਈ ਆਈ ਐਮ ਥਿੰਕਿੰਗ ਲਾਈਕ ਦੈਟ, ਵਾਈ ਆਈ ਐਮ ਬਿਹੇਵਿੰਗ ਲਾਈਕ ਦੈਟ, ਵਟ ਇਜ਼ ਦਾ ਸੋਰਸ ਆਫ ਦਿਸ ਕਾਇੰਡ ਆਫ ਯੂ ਕੈਨ ਸੇ ਥੋਟਸ ਔਰ ਬਿਹੇਵੀਅਰ, ਇਹ ਰੂਟਸ ਫੜੇਗਾ ਫਿਰ। ਅਦਰਵਾਈਜ਼ ਉਹਨੂੰ ਪਤਾ ਹੀ ਨਹੀਂ ਮੈਂ ਕਿਹਦੇ ਇਨਫਲੂਐਂਸ ਦੇ ਵਿੱਚ ਇਸ ਤਰੀਕੇ ਨਾਲ ਬੋਲੀ ਜਾ ਰਿਹਾ ਹਾਂ, ਕਿਹਦੇ ਇਨਫਲੂਐਂਸ ਦੇ ਵਿੱਚ ਇਸ ਤਰੀਕੇ ਦੇ ਨਾਲ ਵਿਹਾਰ ਕਰੀ ਜਾ ਰਿਹਾ ਹਾਂ, ਉਹ ਇਹ ਰੂਪ ਤੱਤ ਇਹ ਸਭ ਇਹ ਬੇਸਿਕ ਚੀਜ਼ ਆ। ਅੱਜ ਅਸੀਂ ਹਿਊਮਨ ਸਾਇੰਸਿਸ ਦੇ ਵਿੱਚ ਇਸ ਚੀਜ਼ ਉੱਤੇ ਬੜੀ ਗੱਲ ਕਰ ਰਹੇ ਹਾਂ, ਗੁਰਬਾਣੀ ਸਾਰੀ ਬੁਨਿਆਦ ਹੀ ਉੱਤੇ ਰੱਖ ਕੇ ਬੈਠੀ। ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਸਾਡਾ ਘਰ ਇੱਕ ਦਿਨ ਸ਼ਾਇਦ ਥੋੜ੍ਹੀ ਜਿਹੀ ਬਾਤ ਹੋਈ ਹੈ, ਮੈਨੂੰ ਲੱਗਦਾ ਸ਼ੁਰੂਆਤ ਦੇ ਵਿੱਚ ਹਾਜ਼ਰੀ ਸ਼ੁਰੂ ਕੀਤੀ ਸੀ ਕਿ ਨਾਮ ਦਾ ਘਰ ਹੈ ਅਤੇ ਗੁਰੂ ਨਾਨਕ ਮਹਾਰਾਜ ਸਾਨੂੰ ਨਾਮ ਦੀ ਦਾਤ ਦਿੰਦੇ ਨੇ, ਅਤੇ ਕਈ ਵਾਰੀ ਸੋਚਿਆ ਵੀ ਨਾਮ ਦੀ ਦਾਤ ਬਾਬਾ ਜੀ ਬਖਸ਼ਦੇ ਕਿਵੇਂ ਨੇ, ਦਿੰਦੇ ਕਿਵੇਂ ਨੇ। ਜਪਜੀ ਸਾਹਿਬ ਸਰਲ ਬਿਲਕੁਲ ਸਿੰਪਲ ਉਹਦੇ 'ਚ ਆ ਜਾਓ, ਜਿਹੜੀ ਸਾਡੀ ਮੋਸਟਲੀ ਬਾਣੀ ਸਾਨੂੰ ਸਾਰਿਆਂ ਨੂੰ ਕੰਠ ਹੈ ਜਾਂ ਸਰਲ 'ਤੇ ਹੈ, ਉਹਦੇ 'ਚ ਅਸੀਂ ਬਚਨ ਪੜ੍ਹਦੇ ਜਦੋਂ ਮਹਾਰਾਜ ਬਿਆਨ ਕਰਦੇ ਕਿ ਦੇਖ ਨਾਮ ਦੀ ਦਾਤ ਹੈ ਅੰਮ੍ਰਿਤ ਵੇਲਾ ਸੱਚ ਨਾਉ, ਇਹ ਆਤਮਕ ਜੀਵਨ ਪ੍ਰਾਪਤ ਕਰਨ ਦੇ ਸਮੇਂ ਦੀ ਸੰਭਾਲ ਕਰ,
ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ ਆ। ਜਿਵੇਂ ਆਪਾਂ ਸਵੇਰੇ ਉੱਠੇ ਹਾਂ ਅਤੇ ਬ੍ਰੇਕਫਾਸਟ ਦਾ ਇੱਕ ਟਾਈਮ ਹੈ, ਉਹ ਟਾਈਮ ਤੁਸੀਂ ਬ੍ਰੇਕਫਾਸਟ ਵਾਲਾ ਖੁੰਝਾ ਦਿਓਗੇ, ਤੁਹਾਡੀ ਬਾਡੀ, ਤੁਹਾਡਾ ਫਿਜ਼ੀਕਲ ਸਾਰਾ ਸਟਰਕਚਰ ਸਹੀ ਨਹੀਂ ਫੀਲ ਕਰੇਗਾ। ਤੁਸੀਂ ਉਹਨੂੰ ਸਹੀ ਰੂਪ ਦੇ 'ਚ ਉਹਨੂੰ ਯੂਜ਼ ਕਰੋ। ਲੰਚ ਦਾ ਇੱਕ ਟਾਈਮ ਆ, ਡਿਨਰ ਦਾ ਇੱਕ ਟਾਈਮ ਆ, ਕੰਮ ਸ਼ੁਰੂ ਕਰਨ ਦਾ ਇੱਕ ਟਾਈਮ ਹੈ, ਕੰਮ ਖਤਮ ਕਰਨ ਦਾ ਇੱਕ ਟਾਈਮ ਹੈ, ਬਿਸਤਰੇ 'ਤੇ ਜਾਣ ਦਾ ਇੱਕ ਟਾਈਮ ਹੈ, ਬਿਸਤਰੇ ਨੂੰ ਛੱਡਣ ਦਾ ਇੱਕ ਟਾਈਮ ਹੈ। ਦੇਖੋ ਨਾ, ਇਹ ਸਾਰਾ ਕੁਦਰਤ ਦੇ ਨਿਜ਼ਾਮ ਦੇ ਵਿੱਚ ਹੈ ਸਾਰਾ ਕੁਝ। ਬਾਬਾ ਜੀ ਕਹਿੰਦੇ ਕੁਦਰਤ ਕਰਕੇ ਵਸਿਆ ਸੋਈ, ਵਕਤ ਵਿਚਾਰੇ ਸੋ ਬੰਦਾ ਹੋਏ। ਬੰਦੇ ਦੀ ਪਹਿਚਾਣ ਹੀ ਇਹ ਹੈ, ਬੰਦਾ ਸਮੇਂ ਅਨੁਸਾਰ ਹੀ ਚੀਜ਼ਾਂ ਨੂੰ ਉਸੇ ਰੂਪ ਵਿੱਚ ਕਰਦਾ। ਇੱਕ ਫਸਲ ਬੀਜਣ ਦਾ ਸਮਾਂ ਆ, ਇੱਕ ਫਸਲ ਵੱਢਣ ਦਾ ਸਮਾਂ ਆ। ਤੁਸੀਂ ਇੱਕ ਫਸਲ ਨੂੰ ਪਾਣੀ ਦੇਣ ਦਾ ਸਮਾਂ ਹੈ, ਇੱਕ ਉਹਨੂੰ ਖਾਦ ਪਾਉਣ ਦਾ ਸਮਾਂ। ਕੋਈ ਸਮਾਂ ਨਹੀਂ ਖੁੰਝਾ ਸਕਦੇ ਤੁਸੀਂ। ਜੇ ਤੁਸੀਂ ਖੁੰਝਾ ਦਿੱਤਾ, ਜਿਹੜਾ ਫਾਈਨਲ ਰਿਜ਼ਲਟ ਆ ਉਹਦੇ 'ਤੇ ਤੁਸੀਂ ਇਤਰਾਜ਼ ਨਹੀਂ ਕਰ ਸਕਦੇ ਵੀ ਆਹ ਤਾਂ ਨਹੀਂ ਸੀ ਹੋਣਾ ਚਾਹੀਦਾ, ਬਈ ਪਿੱਛੇ ਝਾਤ ਮਾਰ, ਕੀ ਖੁੰਝ ਗਿਆ, ਕਿੱਥੋਂ ਤੂੰ ਅਲਟੀਮੇਟਲੀ ਕਿਹੜੀ ਜਗ੍ਹਾ ਤੋਂ ਉਸ ਰੂਪ ਵਿੱਚ ਬਾਤ ਜਿਹੜੀ ਹੈ ਉਹ ਵਿਗੜੀ ਹੈ ਉਸ ਸਾਰੇ ਰੂਪ ਦੇ ਅੰਦਰ। ਐਗਜੈਕਟਲੀ ਜਿਹੜੀ ਦਿਨ ਚੱਲਿਆ ਆ ਸਾਡੀ, ਸਾਡਾ ਜਿਹੜਾ ਮਤਲਬ ਪੂਰਾ ਦਿਨ ਆ, ਇਹਦੀ ਇੱਕ ਸ਼ੁਰੂਆਤ ਆ, ਬਿਗਨਿੰਗ ਆ, ਜਿਹੜੀ ਚੜ੍ਹਦੀ ਸੂਰਜ ਦੀ ਟਿੱਕੀ ਨਾਲ ਹੁੰਦੀ ਹੈ, ਜਦੋਂ ਰੌਸ਼ਨੀ ਧਰਤੀ 'ਤੇ ਫੈਲਣ ਲੱਗੀ ਹੈ। ਉਸ ਨੂੰ ਕਿਹਾ ਗਿਆ ਇਹ ਆਤਮਕ ਸੋਝੀ ਦਾ ਸਮਾਂ ਹੈ। ਬੀ ਅਵੇਅਰ ਅਬਾਊਟ ਯੂਅਰ ਸੈਲਫ, ਬੀ ਅਵੇਅਰ ਅਬਾਊਟ ਯੂਅਰ ਐਕਚੁਲੀ ਸਰਾਊਂਡਿੰਗਸ। ਆਪਣੇ ਆਪ ਨਾਲ ਬੈਠ, ਸੋਚ ਗਹਿਰੇ ਤਲ ਦੇ ਉੱਤੇ, ਇਹ ਐਨਰਜੀ ਕਾਹਦੇ ਲਈ ਮਿਲੀ ਹੈ, ਇਹ ਜੀਵਨ ਕੀ ਕਿਸ ਪਰਪਜ਼ ਲਈ ਮਿਲਿਆ ਹੈ। ਇਹ ਅੰਮ੍ਰਿਤ ਵੇਲਾ, ਆਤਮਕ ਜੀਵਨ ਸਾਂਭਣ ਦਾ ਸਮਾਂ ਹੈ। ਇਹ ਸੈਲਫਲਾਈਜੇਸ਼ਨ ਹੈ, ਆਪਣੇ ਆਪ ਨਾਲ ਕੁਝ ਪਲ ਬੈਠ, ਗੱਲ ਪਾ, ਆਪਣੇ ਆਪ ਦੇ ਨਾਲ ਕੁਝ ਕਮਿਊਨੀਕੇਟ ਕਰ। ਅੱਛਾ ਚਲੋ ਠੀਕ ਹੈ, ਮੈਂ ਕਰ ਲੈਂਦਾ ਵਾਂ, ਇਹ ਨਾਮ ਦੀ ਦਾਤ ਹੈ, ਇਹ ਅਵੇਅਰਨੈਸ ਆਪਣੇ ਆਪ ਵਿੱਚ ਨਾਮ ਦੀ ਦਾਤ ਆ। ਪਰ ਆਖਿਰਕਾਰ ਕਰਨਾ ਕੀ ਹੈ, ਮਤਲਬ ਇਹ ਸੈਲਫ ਅਵੇਅਰਨੈਸ ਵਾਸਤੇ ਕਿਹੜੇ ਸਟੈਪਸ ਮੈਨੂੰ ਲੈਣੇ ਚਾਹੀਦੇ ਨੇ? ਬਾਬਾ ਜੀ ਬਿਆਨ ਕਰਦੇ, ਅੰਮ੍ਰਿਤ ਵੇਲਾ ਸੱਚ ਨਾਉ, ਕਰਨਾ ਕੀ ਹੈ, ਵਡਿਆਈ ਵਿਚਾਰ, ਵਿਚਾਰ ਕਰਨੀ ਹੈ। ਅਤੇ ਵਿਚਾਰ ਇਸ ਤਰੀਕੇ ਦੀ ਨਹੀਂ ਕਰਨੀ ਕਿ ਸਭ ਕਾਸੇ ਨੂੰ ਛੁਟਿਆ ਦੇਣਾ, ਸਭ ਕਾਸੇ ਨੂੰ ਜਿਹੜਾ ਮਨਫੀ ਕਰ ਦੇਣਾ, ਨੀਵਾਂ ਕਰ ਦੇਣਾ, ਨਾ, ਵੱਡੇ ਦੀ ਵਡਿਆਈ ਦੇ ਨਾਲ ਉਸ ਵਡੱਪਣ ਦੀ ਪ੍ਰਾਪਤੀ ਵਾਸਤੇ ਅਗਰਸਰ ਹੋਣਾ ਹੈ। ਬੰਦਾ ਆਪਣੇ ਆਪ ਦੇ 'ਚ ਵੱਡਾ ਕਿਵੇਂ ਹੁੰਦਾ ਆ? ਅਸੀਂ ਮਤਲਬ ਫਿਜ਼ੀਕਲ ਸਾਈਡ ਤੋਂ ਕੱਦ ਕਾਠੀ ਨੂੰ ਵੱਡਿਆਂ, ਜਾਂ ਕਈ ਵਾਰੀ ਉਮਰਾਂ ਨੂੰ ਵੱਡਿਆਂ, ਜਾਂ ਰੁਤਬਿਆਂ ਨੂੰ ਵੱਡਿਆਂ ਦੇ ਰੂਪ ਵਿੱਚ ਦੇਖਦੇ ਹਾਂ। ਡੀਪ ਐਂਡ ਦੇ ਵਿੱਚ ਮਨੁੱਖ ਗੁਣ ਕਰਕੇ ਵੱਡਾ ਹੁੰਦਾ ਆ, ਨਾ ਇਹ ਕੱਦ ਕਰਕੇ ਵੱਡਾ ਆ, ਨਾ ਇਹ ਉਮਰ ਕਰਕੇ ਵੱਡਾ ਆ, ਨਾ ਇਹ ਰੁਤਬੇ ਕਰਕੇ, ਸਰਮਾਏ ਕਰਕੇ, ਕਿਸੇ ਚੀਜ਼ ਕਰਕੇ ਵੱਡਾ ਨਹੀਂ, ਮਨੁੱਖ ਗੁਣ ਕਰਕੇ ਵੱਡਾ। ਵਿਚਾਰ ਉਹ ਜਿਹੜੇ ਵੱਡੇ ਗੁਣ ਤੇਰੇ ਕੋਲ ਲੈ ਕੇ ਆਉਣ। ਤੇਰੀ ਵਡਿਆਈ ਤਾਂ ਹੋਏਗੀ ਜੇ ਤੇਰੇ ਕੋਲ ਗੁਣ ਆ। ਉਹੀ ਸੋਭ ਨਹੀਂ ਕਿਹਾ, ਵਿਚਾਰਾਂ ਐਵੇਂ ਦੀਆਂ ਕਰ ਜਿਹੜੀਆਂ ਤੈਨੂੰ ਵਡਿਆਈ ਦਵਾਉਣ, ਤੈਨੂੰ ਉਸ ਵੱਡੋਂ ਤੱਕ ਲੈ ਜਾਣ ਜਿਹੜੀ ਵਡਿਆਈ ਵੱਡੇ ਦੀ, ਅਕਾਲ ਪੁਰਖ ਵਾਹਿਗੁਰੂ ਦੀ ਹੈ। ਸੋ ਸਾਹਿਬ ਨੇ ਕਿਹਾ ਵਿਚਾਰ ਦੇ ਰੂਪ ਦੇ ਵਿੱਚ ਆਪਣੇ ਆਪ 'ਚ ਉਹ ਥੋਟਸ ਲੈ ਕੇ ਆਓ, ਪ੍ਰੋਸੈਸ ਕਰ, ਜਿਹਦੇ ਨਾਲ ਤੇਰੇ ਅੰਦਰ ਗੁਣਾਂ ਦੀ ਆਮਦ ਹੋ ਸਕੇ। ਬਚਨ ਨੂੰ ਨਾਲ ਨਾਲ ਲੈ ਲਈਏ। ਗੁਰ ਪੁੱਛੋ ਤੁਮ ਕਰੋ ਵਿਚਾਰ, ਗੁਰੂ ਨੂੰ ਪੁੱਛਿਆ ਕਰ, ਗੁਰੂ ਤੋਂ ਕੁਝ ਐਡਵਾਈਸ ਮੰਗਿਆ ਕਰ, ਕੁਝ ਸਲਾਹ ਲਿਆ ਕਰ। ਆਪਾਂ ਅਰਦਾਸ ਕਰਦੇ ਹਾਂ, ਕੋਈ ਕੰਮ ਕਰਨ ਤੋਂ ਪਹਿਲਾਂ ਹੁਕਮਨਾਮਾ ਲੈਂਦੇ ਹਾਂ, ਕੀ ਹੈ, ਗੁਰੂ ਨੂੰ ਪੁੱਛ ਲੈਂਦੇ ਹਾਂ, ਲੈਟਸ ਆਸਕ ਗੁਰੂ। ਆਪਾਂ ਕਹਿੰਦੇ ਹਾਂ ਕੋਈ ਪਤਾ ਨਹੀਂ ਲੱਗ ਰਿਹਾ ਕੀ ਬਣੇਗਾ, ਕੀ ਹੋਏਗਾ, ਚਲੋ ਗੁਰਦੁਆਰਾ ਸਾਹਿਬ ਚੱਲਦੇ ਹਾਂ, ਚਲੋ ਗੁਰੂ ਕੇ ਹਜ਼ੂਰ ਬੈਠਦੇ ਹਾਂ, ਕੁਝ ਗੁਰੂ ਕਾ ਬਚਨ ਸੁਣਦੇ ਹਾਂ। ਗੁਰ ਪੁੱਛੋ, ਗੁਰੂ ਨੂੰ ਐਡਵਾਈਜ਼ਰ ਲੈਣ, ਐਡਵਾਈਸ ਲੈਣੀ ਤਾਂ ਗੁਰੂ ਕੋਲੋਂ ਲੈ, ਗੁਰੂ ਤੋਂ ਵਧੀਆ ਐਡਵਾਈਜ਼ਰ ਕੀ ਹੋਏਗਾ। ਗੁਰ ਪੁੱਛੋ ਫਿਰ ਤੁਮ ਕਰੋ ਵਿਚਾਰ, ਜੋ ਗੁਰੂ ਬਖਸ਼ਦਾ ਉਸਨੂੰ ਪ੍ਰੋਸੈਸ ਕਰ, ਉਸਨੂੰ ਉਸ ਰੂਪ ਵਿੱਚ ਆਪਣੇ ਅੰਦਰ ਅਹਿਸਾਸ ਕਰ। ਛੋਟੀ ਜਿਹੀ ਬੇਨਤੀ 'ਚ ਕਰਦੇ ਹਾਂ, ਦੋ ਵਰਡਸ ਨੇ ਅੰਗਰੇਜ਼ੀ ਦੇ ਵਿੱਚ, ਇੱਕ ਹੁੰਦਾ ਹੈ ਕਿਸੇ ਨੂੰ ਡਿਕਟੇਟ ਕਰਨਾ, ਆਰਡਰ ਕਰਨਾ, ਕਮਾਂਡ ਕਰਨੀ, ਇੱਕ ਹੁੰਦਾ ਕਿਸੇ ਨੂੰ ਐਡਵਾਈਜ਼ ਕਰਨਾ। ਮਤਲਬ ਇਸ ਤਰ੍ਹਾਂ ਜਾਣੋ, ਆਪਾਂ ਨਾ ਸਿੰਪਲ ਲੈਵਲ 'ਤੇ ਸਮਝਣਾ ਹੋਏ,
ਅਤੇ ਸਾਡੇ ਕੋਲ ਗੱਡੀਆਂ ਦੇ ਵਿੱਚ ਨੈਵੀਗੇਸ਼ਨ ਲੱਗੇ ਹੁੰਦੇ ਨੇ ਜਾਂ ਸਾਡੇ ਫੋਨ ਵਗੈਰਾ 'ਤੇ ਵੀ ਇਹ ਨੇ। ਅੱਛਾ, ਜਿਹੜਾ ਨੈਵੀਗੇਸ਼ਨ ਆ ਨਾ, ਨੈਵੀਗੇਟ ਕਰਦਾ ਸਾਨੂੰ, ਉਹ ਗੱਡੀ ਡਰਾਈਵ ਤੁਸੀਂ ਕਰਨੀ ਹੈ, ਡਿਸੀਜਨ ਡਿਪੈਂਡ 'ਤੇ ਤੁਹਾਡਾ ਆ। ਨੈਵੀਗੇਸ਼ਨ ਨੇ ਸਿਰਫ ਤੁਹਾਡੀ ਮਦਦ ਕਰਨੀ ਹੈ ਕਿ ਆਹ ਰਾਹ ਇੱਧਰ ਨੂੰ ਮੋੜੇਗਾ, ਸੱਜੇ ਮੋੜੇਗਾ, ਖੱਬੇ ਮੋੜੇਗਾ, ਇੱਥੇ ਆਹ ਤੇਰਾ ਰਾਹ ਤੂੰ ਪਹੁੰਚਾ ਦੇਗਾ ਤੈਨੂੰ ਉੱਥੇ। ਡਿਪੈਂਡ 'ਤੇ ਮਰਜ਼ੀ ਤੇਰੀ ਹੈ, ਤੂੰ ਉਸ ਨੈਵੀਗੇਸ਼ਨ ਨੂੰ ਸੁਣਨਾ ਹੈ ਕਿ ਨਹੀਂ ਸੁਣਨਾ। ਗੁਰੂ ਸਾਨੂੰ ਡਿਕਟੇਟ ਨਹੀਂ ਕਰਦਾ, ਗੁਰੂ ਨੈਵੀਗੇਟ ਕਰਦਾ ਸਾਨੂੰ। ਇਹ ਖਾਸੀਅਤ ਹੈ ਐਕਚੁਅਲੀ ਦੁਨੀਆ ਦੇ ਉੱਤੇ। ਸਾਨੂੰ ਮਾਫ਼ੀ ਮੰਗਾਂਗਾ ਨਾ, ਕਈ ਵਾਰੀ ਸਲਾਹ ਦੇਣੀ ਆਉਂਦੀ ਨਾ ਸਲਾਹ ਲੈਣੀ ਆਉਂਦੀ। ਅਸੀਂ ਜਿਹਦੇ ਕੋਲ ਸਲਾਹ ਲੈਣ ਜਾਂਦੇ ਹਾਂ ਉਹ ਸੋਚਦੇ ਹਾਂ ਮੈਨੂੰ ਸਲਾਹ ਨਾ ਦੇ, ਮੈਨੂੰ ਡਰਾਈਵ ਕਰੇ, ਮੈਨੂੰ ਇਹ ਆਪ ਸਕਾਟ ਕਰੇ। ਐਵੇਂ ਥੋੜ੍ਹਾ ਹੁੰਦਾ। ਜੇ ਕੋਈ ਮੈਨੂੰ ਐਡਵਾਈਜ਼ ਕਰਨ ਲੱਗਦਾ ਤਾਂ ਮੈਨੂੰ ਐਡਵਾਈਜ਼ ਨਹੀਂ ਕਰਦਾ, ਮੈਨੂੰ ਕਹਿੰਦਾ ਨਹੀਂ ਨਹੀਂ ਮੈਨੂੰ ਐਸਕਾਟ ਕਰਨ ਦਿਓ। ਭਲਿਆ ਤੈਨੂੰ ਐਸਕਾਟ ਕਰਨ ਵਾਸਤੇ ਥੋੜ੍ਹਾ ਕਹਿ ਰਿਹਾ ਮੈਂ, ਤੈਨੂੰ ਡਰਾਈਵ ਕਰਨ ਵਾਸਤੇ ਥੋੜ੍ਹਾ ਕਹਿ ਰਿਹਾ, ਮੈਨੂੰ ਨੈਵੀਗੇਟ ਕਰ, ਮੈਨੂੰ ਦੱਸ, ਐਟ ਦਾ ਐਂਡ ਡਿਸੀਜਨ ਮੇਰਾ ਹੋਏਗਾ। ਗੁਰੂ ਆਹ ਕਰਦਾ ਆ, ਗੁਰੂ ਕਹਿੰਦਾ ਤੈਨੂੰ ਨੈਵੀਗੇਟ ਕਰ ਦਿੰਦਾ ਵਾ, ਤੈਨੂੰ ਰਾਹ ਦੱਸ ਦਿੰਦਾ ਵਾ। ਅਤੇ ਜਦੋਂ ਅਸੀਂ ਨੈਵੀਗੇਸ਼ਨ 'ਚ ਪਾਉਂਦੇ ਨਾ ਕੋਈ ਚੀਜ਼, ਉਹ ਦੋ ਤਿੰਨ ਦੱਸ ਦਿੰਦਾ ਆਹ ਵੀ ਹੈ, ਆਹ ਵੀ ਹੈ, ਆਹ ਵੀ ਹੈ। ਇਹਦੇ 'ਚ ਟਰਨਸ ਘੱਟ ਨੇ, ਟਾਈਮ ਜਿਹੜਾ ਹੈਗਾ ਉਹ ਥੋੜ੍ਹਾ ਵੱਧ ਲੱਗੇਗਾ। ਇਹਦੇ 'ਚ ਟਾਈਮ ਘੱਟ ਲੱਗਿਆ, ਟਰਨਸ ਵੱਧ ਨੇ, ਲਾਈਟਾਂ ਵੱਧ ਆਉਣਗੀਆਂ। ਆਹ ਤੀਸਰਾ ਵੀ ਹੈ, ਇਹਦੇ ਵਿੱਚ ਤੇਰਾ ਟਾਈਮ ਹੋਰ ਬਚ ਜਾਏਗਾ ਪਰ ਤੈਨੂੰ ਕੁਝ ਮਨੀ ਪੇ ਕਰਨੀ ਪਏਗੀ। ਚੋਇਸ ਇਜ਼ ਯੂਅਰਸ, ਮਤਲਬ ਕਿਆ ਕਮਾਲ ਆ। ਆਹ ਚੀਜ਼ ਗੁਰੂ ਮਹਾਰਾਜ ਦੱਸ ਰਹੇ, ਨੈਵੀਗੇਟ ਕਰ ਰਹੇ ਨੇ। ਮੈਂ ਗੁਰੂ ਕੋਲ ਪੁੱਛਾਂ ਆ ਕੇ ਗੁਰੂ ਮੈਨੂੰ ਨੈਵੀਗੇਟ ਕਰੇ, ਅਤੇ ਫਿਰ ਮੈਂ ਆ ਕੇ ਹਾਂ, ਮੈਂ ਤਾਂ ਗੁਰੂ ਕੋਲ ਗਿਆ ਸੀਗਾ, ਉਹਨੇ ਇਸ ਰੂਪ ਵਿੱਚ ਮੈਨੂੰ ਕਿਹਾ ਅਤੇ ਮੈਂ ਉਹ ਭਲਿਆ। ਤੂੰ ਆਪਣੇ ਗੁਰੂ ਕੋਲ ਪੁੱਛ ਕੇ ਵਿਚਾਰ ਤੇ ਤੂੰ ਕਰਨੀ ਸੀ, ਗੁਰੂ ਨੇ ਨੈਵੀਗੇਟ ਕੀਤਾ ਤੈਨੂੰ, ਤੂੰ ਰਾਹ ਫੜਿਆ ਕਿ ਨਹੀਂ ਫੜਿਆ, ਜਦੋਂ ਫੜਿਆ ਤਾਂ ਆਖਿਰਕਾਰ ਕਿਸ ਕਾਰਨ ਕਰਕੇ ਫੜਿਆ। ਵਿਚਾਰ ਕੀਤੀ ਸੀ ਵੀ ਗੁਰੂ ਆਹ ਵੀ ਦੱਸਦਾ, ਆਹ ਵੀ ਦੱਸਦਾ, ਆਹ ਵੀ ਦੱਸਦਾ, ਵਿਵੇਕ ਤੈਨੂੰ ਦਿੱਤਾ, ਵਿਵੇਕ ਦਾ ਇਸਤੇਮਾਲ ਕਰ। ਬਹੁਤ ਸਰਲ ਹੈ ਜੀ ਜੇ ਧਿਆਨ ਨਾਲ ਦੇਖੋਗੇ ਤਾਂ, ਪਰ ਮੁਸ਼ਕਲ ਇਹ ਹੈ ਕੰਪਲੈਕਸ ਬਣਾ ਕੇ ਮੈਂ ਰਿਸਪੋਂਸੀਬਿਲਟੀ ਤੋਂ ਭੱਜ ਜਾਣਾ ਚਾਹੁੰਦਾ ਹਾਂ। ਬੱਚਾ ਨਾ ਕਦੀ ਉਹਨੂੰ ਤੁਸੀਂ ਕੋਈ ਸਬਜੈਕਟ ਪੜ੍ਹਦੇ ਨੂੰ ਦੇਖੋ, ਅਤੇ ਜਦੋਂ ਸਬਜੈਕਟ ਪੜ੍ਹਨ ਲੱਗਦਾ ਆ ਤਾਂ ਉਹਦੇ ਬੇਬੀ ਸਟੈਪਸ ਬਣਾ ਦਿਓ ਛੋਟੇ ਛੋਟੇ, ਉਹਨੂੰ ਚੀਜ਼ ਸਮਝ ਆਉਣੀ ਸ਼ੁਰੂ ਹੋ ਜਾਏਗੀ। ਜੇ ਉਸ ਸਮਝ ਦੇ ਨਾਲ ਉਹਦਾ ਇੰਟਰਸਟ ਕੈਰੀ ਕਰ ਗਿਆ, ਨਾਲ ਡਿਵੈਲਪ ਹੋ ਗਿਆ, ਨਾਲ ਉਹ ਬਿਲਕੁਲ ਉਹਦਾ ਮਾਸਟਰ ਬਣ ਜਾਏਗਾ। ਅਤੇ ਜੇ ਉਹਨੂੰ ਲੱਗਾ ਵੀ ਸਮਝ ਆ ਕੇ ਤਾਂ ਕੰਮ ਕਰਨਾ ਪਏਗਾ, ਇਹ ਤਾਂ ਬਹੁਤ ਮੁਸ਼ਕਲ ਪੈ ਗਈ ਹੈ, ਅਤੇ ਫਿਰ ਉਹ ਬੇਬੀ ਸਟੈਪਸ ਲੈਣੇ ਨਹੀਂ ਚਾਹੇਗਾ। ਫਿਰ ਉਹ ਕਹੇਗਾ ਵੀ ਇਦੂ ਕੰਪਲੈਕਸਿਟੀ ਠੀਕ ਆ, ਇਹ ਵੀ ਕੰਪਲੈਕਸ ਹੋ ਜਾਏ ਨਾ, ਆਪਾਂ ਨੂੰ ਸਮਝ ਲੱਗੇ ਨਾ, ਆਪਾਂ ਨੂੰ ਕਰਨਾ ਪਏ। ਆਈ ਐਮ ਨੋਟ ਏਬਲ ਟੂ ਅੰਡਰਸਟੈਂਡ ਇਟ। ਕਾਰਨ ਕੀ ਹੈ? ਕਿਉਂਕਿ ਰਿਸਪੋਂਸੀਬਿਲਟੀ ਆਏਗੀ ਤੇਰੇ 'ਤੇ। ਆਹੀ ਸਾਡੇ ਅੰਦਰ ਹੈ ਸਾਰਾ। ਮਨ ਦੀ ਦੁਨੀਆ ਦੇ ਵਿੱਚ ਜਦੋਂ ਵਿਚਾਰ ਦਾ ਲਹਿਜ਼ਾ ਉੱਭਰਦਾ ਨਾ, ਅਤੇ ਵਿਚਾਰ ਜਦੋਂ ਸਹੀ ਰੂਪ ਵਿੱਚ ਸਾਫ਼ ਹੋਣੇ ਸ਼ੁਰੂ ਹੁੰਦੇ ਨੇ, ਫਿਰ ਮਨ ਦੀ ਰਿਸਪੋਂਸੀਬਿਲਟੀ ਆਉਂਦੀ ਹੈ ਕਿ ਮਨਾ ਤੂੰ ਹੁਣ ਸਹੀ ਡਾਇਰੈਕਸ਼ਨ 'ਚ ਆ, ਹੁਣ ਤੂੰ ਐਵੇਂ ਕਰ ਨਹੀਂ ਸਕਦਾ। ਤੂੰ ਨਾ ਮਤਲਬ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ, ਕਿਵੇਂ ਔਗਣ ਕਰੇਗਾ ਤੂੰ? ਜਦੋਂ ਤੈਨੂੰ ਪਤਾ ਆ, ਤੈਨੂੰ ਪਤਾ ਲੱਗ ਗਿਆ ਆਹ ਜ਼ਹਿਰ ਹੈ, ਆਹ ਅੰਮ੍ਰਿਤ ਹੈ, ਆਸ ਆਦਤ ਨਾਲ ਤਬਾਹੀ ਹੈ, ਇਸ ਆਦਤ ਨਾਲ ਜੀਵਨ ਦਾ ਬਚਾਅ ਆ, ਕਿਵੇਂ ਕਰੇਗਾ ਤੂੰ? ਉਹ ਕਹਿੰਦਾ ਬੜਾ ਕੰਪਲੈਕਸ ਹੈ ਜੀ, ਸਮਝ ਨਹੀਂ ਆਉਂਦੀ। ਹਾਂ ਆਹ ਠੀਕ ਹੈ ਤੇਰਾ ਕਹਿਣਾ, ਇਹਦੇ ਨਾਲ ਤੂੰ ਬਚ ਸਕਦਾ। ਤੂੰ ਕਹਿੰਦਾ ਮੈਨੂੰ ਤਾਂ ਸਮਝ ਨਹੀਂ ਲੱਗੀ ਜੀ। ਜਿੱਥੇ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋਣ ਚੀਜ਼ਾਂ ਹੋ ਜਾਣ, ਉੱਥੇ ਤਾਂ ਮਨ ਲਈ ਹਾਰਡ ਆ, ਫਿਰ ਮਨ ਕਿਵੇਂ ਕਿਵੇਂ ਕਰ ਸਕਦਾ? ਇੱਥੇ ਬਾਬਾ ਜੀ ਕਹਿੰਦੇ ਤੂੰ ਗੁਰੂ ਤੋਂ ਪੁੱਛ, ਗੁਰੂ ਤੈਨੂੰ ਨੈਵੀਗੇਟ ਕਰੇਗਾ। ਗੁਰ ਪੁੱਛੋ ਤੁਮ ਕਰੋ ਵਿਚਾਰ, ਤਾਂ ਪ੍ਰਭ ਸਾਚੇ ਲੱਗੇ ਪਿਆਰ। ਫਿਰ ਤੇਰਾ ਪਿਆਰ ਪ੍ਰਭੂ ਸਾਚੇ ਨਾਲ ਬਣ ਆਵੇਗਾ, ਫਿਰ ਤੇਰਾ ਅਹਿਸਾਸ ਹੋਏਗਾ ਕਿ ਹਰ ਵਕਤ ਉਹਦੀ ਬਾਤ ਚੱਲੇ, ਵੱਡੇ ਦੀ ਗੱਲ ਹੋਏ, ਵਡਿਆਈ ਹੋਏ, ਸ਼ੁਭਤਾ ਦੀ, ਗੁਣਾਂ ਦੀ, ਚੰਗਿਆਈ ਦੀ, ਕਿਸੇ ਦੀ ਮਦਦ ਕਰਨ ਦੀ, ਕਿਸੇ ਤੋਂ ਮਦਦ ਲੈਣ ਦੀ, ਮਨੁੱਖਤਾ ਦੇ ਨਾਲ ਜਿਹੜਾ ਸਨੇਹ ਪਾਉਣ ਦੀ, ਇਹ ਸਾਰੀ ਬਾਤ ਹੋਏਗੀ। ਤਾਂ ਪ੍ਰਭ ਸਾਚੇ ਲੱਗੇ ਪਿਆਰ, ਆਪ ਛੋੜ ਹੋਏ ਦਾਸਨ ਪਾਏ, ਆਪ ਛੋੜ ਹੋਏ ਦਾਸਤ ਪਾਏ।
ਦਾਸਤ ਭਾਏ ਹਲੀਮੀ ਦਾ ਭਾਵ ਆ ਜਾਣਾ। ਵੈਸੇ ਕੁਦਰਤ ਨੇ ਕੁਝ ਇਸ ਕਿਸਮ ਦਾ ਨਿਜ਼ਾਮ ਬਣਾਇਆ ਆ, ਸਾਡੇ ਅੰਦਰ ਦੂਜਿਆਂ ਨਾਲੋਂ ਆਪਣੇ ਆਪ ਨੂੰ ਉੱਚਾ ਵਿਖਾਉਣ ਦੀ ਪ੍ਰਵਿਰਤੀ, ਮਤਲਬ ਵੱਡੋਂ ਵਡਿਆਈ ਮੇਰੇ 'ਚ ਨਾ ਹੋਵੇ ਪਰ ਮੈਂ ਵੱਡਾ ਦਿਖਾਂ, ਮੈਂ ਅਮੀਰ ਨਾ ਵੀ ਹੋਵਾਂ ਪਰ ਅਮੀਰ ਦੀ ਦਿੱਖ ਤਾਂ ਹੋਏ ਮੇਰੀ, ਮੇਰੇ ਕੋਲ ਬਹੁਤੇ ਸਾਧਨ ਸੰਸਾਧਨ ਨਾ ਹੋਣ ਪਰ ਲੋਕਾਂ ਨੂੰ ਤਾਂ ਭਰਮ ਪਾਵਾਂ ਵੀ ਘੱਟ ਤੋਂ ਘੱਟ ਵੀ ਮੈਂ ਤਾਂ। ਇਹ ਪ੍ਰਵਿਰਤੀ ਬੰਦੇ 'ਚ ਮੁੜ ਕਦੀਮ ਰਹੀ। ਗੁਰਮਤਿ ਸਕੂਲ ਇਹ ਸਮਝਾਉਂਦਾ ਸਾਨੂੰ ਦਾਸਤ ਭਾਵ ਰੱਖ। ਇੱਕ ਦੋ ਬਚਨ ਬਾਣੀ 'ਚ ਐਗਜ਼ਾਮਪਲਰੀ ਲੈਵਲ 'ਤੇ ਲੈ ਆਉਂਦਾ ਵਾਂ। ਆਪਾਂ ਗੁਰੂ ਨਾਨਕ ਸਾਹਿਬ ਦਾ ਬਚਨ ਬੜੀ ਵਾਰੀ ਪੜਿਆ ਸੁਣਿਆ ਆਪਣੇ, ਮਹਾਰਾਜ ਕਹਿੰਦੇ ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਛ, ਮਤਲਬ ਸਿਮਲ ਤੋਂ ਵੱਡਾ ਦਰਖਤ ਕਿਹੜਾ ਹੋਏਗਾ? ਪੰਜਾਬ ਦੀ ਫਿਜ਼ਾਂ ਦੇ ਤੁਸੀਂ ਦੇਖੇ ਹੋਣਗੇ, ਉਹ ਐਡਾ ਵੱਡਾ ਦਰਖਤ ਵੀ ਕਮਾਲ ਹੀ, ਬੰਦਾ ਸੋਚ ਨਹੀਂ ਸਕਦਾ ਐਡਾ ਵੱਡਾ ਕਾਰੀ ਹੋ ਜਾਂਦਾ। ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਛ, ਅੱਤ ਦਾ ਦੀਰਘ, ਅੱਤ ਦਾ ਵੱਡਾ ਫੈਲਾਅ ਅਤੇ ਅੱਤ ਦਾ ਉਹਦਾ ਮਤਲਬ ਮੁੱਛ ਐਡਾ ਵੱਡਾ, ਉਹਨੇ ਉਹਦਾ ਫੈਲਾਅ ਬਣ ਗਿਆ ਸਾਰਾ ਦਾ ਸਾਰਾ। ਓਏ ਜੀ ਆਵੇਂ ਆਸ ਕਰ, ਇਸ ਸਿੰਬਲ ਨੂੰ ਵੇਖ ਕੇ ਕੋਈ ਆਸ ਕਰਕੇ ਪਹੁੰਚੇ ਵੀ ਚਲੋ ਸਿੰਬਲ ਉਹ ਐਡਾ ਵੱਡਾ ਦਰਖਤ ਆ, ਐਡਾ ਮਤਲਬ ਪੱਤ ਅਤੇ ਇੰਨਾ ਖਲਾਅ ਆ ਉਹਦਾ, ਚਲੋ ਕੁਛ ਨਾ ਕੁਛ ਮਿਲੇਗਾ ਸਾਡੇ ਵਾਸਤੇ। ਅਤੇ ਬਾਬਾ ਜੀ ਕਹਿੰਦੇ ਸੱਚ ਆ, ਓਏ ਜੀ ਆਵੇਂ ਆਸ ਕਰ ਜਾਏ ਨਿਰਾਸ ਕਿੱਤ। ਆਖਿਰਕਾਰ ਕਹਿੰਦੇ ਨਿਰਾਸ਼ਤਾ 'ਚ ਹੁਣ ਕਿੱਥੇ ਜਾਣ ਵਿਚਾਰੇ, ਉਹਦੇ ਤੱਕ ਪਹੁੰਚ ਕੇ ਕਹਿੰਦੇ ਉਹ ਕੁਛ ਨਹੀਂ ਮਿਲਿਆ। ਕਿਉਂ? ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਕੁਛ ਵੀ ਕੰਮ ਨਹੀਂ ਆਉਂਦਾ, ਨਾ ਉਹਦੇ ਫਲ ਕੰਮ ਦੇ, ਨਾ ਉਹਦੇ ਫੁੱਲ ਕੰਮ ਦੇ, ਨਾ ਉਹਦੇ ਕੋਈ ਪਾਤੀ ਕੰਮ ਦੇ ਕਿਸੇ ਰੂਪ ਦੇ ਵਿੱਚ। ਫਿਰ ਬਾਬਾ ਜੀ ਇਹ ਸਿੱਖਿਆ ਕੀ ਹੈ, ਇਹ ਮੈਟਾਫੋਰ ਕਾਹਦਾ ਆ? ਸਭ ਕਹਿੰਦੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਇੱਕੋ ਪੰਗਤੀ ਹੀ ਪੂਰੀ ਦੁਨੀਆਂ ਦੀ ਵਿਜ਼ਡਮ ਦਾ, ਪੂਰੀ ਦੁਨੀਆਂ ਦੀ ਸਮਝ ਦਾ ਨਿਚੋੜ ਕੱਢ ਕੇ ਰੱਖ ਦਿੰਦੀ। ਮਿੱਠਤ ਨੀਵੀਂ ਨਾਨਕਾ, ਮਿੱਠਤ ਮਿਠਾਸ ਜ਼ਬਾਨ ਦੇ ਵਿੱਚ ਆਪਾਂ ਇਸ ਤਰ੍ਹਾਂ ਕਹਿ ਲਈਏ, ਜਿਹੜੀ ਕੁੜੱਤਣ ਆ, ਮਤਲਬ ਮੈਂ ਸਾਹਮਣੇ ਵੱਲ ਨੂੰ ਕੌੜਾ ਬੋਲ ਰਿਹਾ ਵਾਂ, ਮੈਂ ਕਹਾਂ ਜੀ ਇਸ ਨੇ ਮੈਨੂੰ ਮਤਲਬ ਇਸ ਤਰੀਕਾ ਕਿਹਾ ਤੇ ਮੈਂ ਕੌੜਾ ਬੋਲਣ ਲੱਗ ਗਿਆ, ਭਲਿਆ ਕੁੜੱਤਣ ਉਹਦੇ ਕੋਲੋਂ ਤੇਰੇ ਕੋਲ ਕਿਵੇਂ ਆ ਗਈ? ਤੇਰੇ ਅੰਦਰ ਸੀ, ਹਾਂ ਉਸਨੇ ਮਾਹੌਲ ਸਿਰਜ ਦਿੱਤਾ, ਤੇਰਾ ਅੰਦਰ ਬਾਹਰ ਆ ਗਿਆ, ਤੇਰੇ ਅੰਦਰ ਦੀ ਕੌੜ ਬਾਹਰ ਆ ਗਈ। ਬਸ ਕੌੜ ਤੇਰੇ ਅੰਦਰ ਸੀ, ਦੂਜੇ ਨੇ ਨਹੀਂ ਪਾਈ ਤੇਰੇ ਅੰਦਰ। ਕੋਈ ਇਹ ਨਹੀਂ ਕਹਾ ਕਿ ਦੂਜੇ ਨੇ ਤੇਰੇ ਅੰਦਰ ਆ ਕੇ ਕੁੜੱਤਣ ਪਾ ਦਿੱਤੀ, ਨਾ ਇਹ ਤੇਰੇ ਅੰਦਰ ਹੀ ਪਈ ਸੀ, ਬਸ ਇਹੋ ਜਿਹਾ ਇਨਵਾਇਰਮੈਂਟ ਬਣਿਆ, ਅੰਦਰ ਦੀ ਕੌੜ ਬਾਹਰ ਆ ਗਈ, ਰਾਈਟ ਵੇ। ਅਦਰਵਾਈਜ਼ ਮਿਠਾਸ, ਬੰਦਾ ਮੂੰਹ ਤੋਂ ਬੋਲੇ ਤੇ ਆਖਿਰਕਾਰ ਉਹਨੇ ਜ਼ਹਿਰ ਹੀ ਬੋਲਣਾ ਆ, ਉਹਨੇ ਕੁਝ ਹੀ ਬੋਲਣਾ ਆ, ਉਹਨੇ ਮਾੜਾ ਹੀ ਬੋਲਣਾ ਆ, ਨਾ ਮਿੱਠਤ। ਫਿਰ ਨੀਵੀਂ ਹਲੀਮੀ, ਨਿਮਰਤਾ, ਹੰਬਲਨੈਸ, ਡਾਊਨ ਟੂ ਅਰਥ, ਇਹ ਲਾਜ਼ਮੀ ਬਾਤ ਰੱਖੀਏ। ਅਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਵਿਖਾ ਕੇ ਆਪ ਉੱਚੇ ਹੋ ਕੇ ਉੱਚੇ ਨਹੀਂ ਹੋਈਦਾ। ਕਿਆ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਸਾਰੀ ਦੁਨੀਆਂ ਦੀਆਂ ਚੰਗਿਆਈਆਂ ਅਤੇ ਗੁਣ ਇਕੱਠੇ ਕਰਕੇ ਜਦੋਂ ਉਹਨੂੰ ਡਿਸਟਿਲਰੀ ਕਰੋਗੇ, ਅਰਕ ਕੱਢੋਗੇ ਉਹਦਾ, ਉਹਦੇ ਵਿੱਚ ਜੋ ਨਿਕਲੇਗਾ, ਬਾਬਾ ਜੀ ਨੇ ਉਹਦੀ ਬਾਤ ਕੀਤੀ। ਪਰ ਮਹਾਰਾਜ ਕਹਿੰਦੇ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਈ, ਸਭ ਕੋ ਨਿਵੇਂ ਆਪ ਕੋ। ਜੇ ਕਿਤੇ ਬੰਦੇ ਨੂੰ ਨਿਮਣਾ ਵੀ ਪੈ ਜੇ ਨਾ, ਤੇ ਨਿਮਦਾ ਬੰਦਾ ਲਾਲਚ ਕਰਕੇ ਹੈ, ਆਪਣੇ ਆਪੇ ਕਰਕੇ ਆ ਵੀ ਚਲੋ ਇਹਦੇ 'ਚ ਕੁਝ ਨਾ ਆਪਣਾ ਇੰਸਟੈਂਟ ਬੈਨੀਫਿਟ ਆ, ਇਹਦੇ ਕਰਕੇ ਆਪਾਂ ਕਰ ਲੈਂਦੇ, ਅਦਰਵਾਈਜ਼ ਮੈਂ ਤੇ ਪਰਵਾਹ ਕਰਦਾ ਕਿਸੇ ਦੀ ਭਲਾ। ਕਿਹਾ ਗੁਰੂ ਮਹਾਰਾਜ ਕੈਸੇ ਵੈਦ ਨੇ ਇਸ ਤਰ੍ਹਾਂ ਦਾ ਇਲਾਜ ਦਾ ਲੱਭ ਦਿੰਦੇ ਵੀ ਕਮਾਲ ਹੀ ਹੋ ਜਾਂਦੀ, ਬੰਦੇ ਨੂੰ ਸਾਹ ਹੋ ਜਾਂਦੇ ਵੀ ਵਾਕਿਆ ਜੀ ਬਾਪੂ ਬਿਮਾਰੀ ਆਹੀ ਆ ਸਾਡੀ। ਕਿਹਾ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ, ਪਰ ਧਰ ਤਰਾਜੂ ਤੋਲੀਏ ਨਿਵੇਂ ਸੋ ਗੌਰਾ ਹੋਏ। ਕਦੀ ਤੱਕੜ ਧਰ ਕੇ ਤੋਲ ਕੇ ਦੇਖਿਆ ਜੇ, ਜਿਹੜਾ ਗੌਰਾ ਭਾਰਾ ਆ ਨਾ ਉਹੀ ਨਿਵਦਾ ਆ, ਉਹੀ ਥੱਲੇ ਹੁੰਦਾ ਆ। ਅੱਛਾ ਬੰਦਾ ਕਹਿੰਦਾ ਅੱਛਾ ਗੌਰਾ ਭਾਰਾ ਨੀਵਾਂ ਹੁੰਦਾ, ਤੇ ਬਾਬਾ ਜੀ ਨੇ ਅੱਗੇ ਬਿਲਕੁਲ ਹੀ ਛੋੜ ਕੱਟ ਦਿੱਤੇ। ਕਿਹਾ ਮੈਂ ਤੇ ਕਿਸੇ ਭਰਮ ਵਿੱਚ ਰਹੇ, ਮਹਾਰਾਜ ਬਿਆਨ ਕਰਦੇ ਅਪਰਾਧੀ ਦੁਣਾ ਨੀਵੇਂ,
ਜਦੋਂ ਬੰਦਾ ਅਪਰਾਧ ਕਰ ਹੁੰਦਾ ਨਾ, ਫਿਰ ਉਹ ਨਿਮਦਾ, ਫਿਰ ਉਹ ਕਹਿੰਦਾ ਹਾਂ ਮੈਂ ਜੀ ਮੈਂ ਨੀਵਾਂ ਜੀ ਉਸ ਰੂਪ ਹੈ। ਬਾਬਾ ਜੀ ਕਹਿੰਦੇ ਕਿਤੇ ਅਪਰਾਧੀ ਬਿਰਤੀ ਤੇ ਨਹੀਂ ਤੇਰੀ, ਕਿਤੇ ਗੁਨਾਹਗਾਰ ਤੇ ਨਹੀਂ ਤੂੰ, ਕਿਤੇ ਗੁਨਾਹਾਂ ਦਾ ਮਾਰਿਆ ਤੇ ਨਹੀਂ, ਅਪਰਾਧੀ ਦੁਣਾ ਨਹੀਂ ਮੈਂ। ਜਿਉਂ ਹੰਤਾ ਮਿਰਗਾ ਹੈ, ਜਿਨ੍ਹਾਂ ਨੇ ਮਿਰਗਾਂ ਨੂੰ ਮਾਰਨਾ ਹੁੰਦਾ, ਮਿਰਗਾਂ ਦੀ ਹੱਤਿਆ ਕਰਨੀ ਹੁੰਦੀ, ਉਹ ਕਿਵੇਂ ਕਰਦੇ? ਸ਼ਿਕਾਰੀ ਬਿਲਕੁਲ ਜ਼ਮੀਨ ਨਾਲ ਸੀਪ ਜਾਂਦੇ, ਲੰਮੇ ਪੈ ਜਾਂਦੇ। ਕੋਈ ਵੇਖੇ ਤੇ ਕਹੇ ਜੀ ਕਮਾਲ ਹੈ ਜੀ, ਸ਼ਿਕਾਰੀ ਤੇ ਬੜੀ ਡੰਡੌਤ ਕਰ ਰਿਹਾ ਜੀ, ਇਹ ਤੇ ਜ਼ਮੀਨ ਨਾਲ ਬਿਲਕੁਲ ਇਸ ਰੂਪ ਸੀਪ ਗਿਆ। ਮਹਾਰਾਜ ਕਹਿੰਦੇ ਮਿਰਗ ਨੂੰ ਹੰਤਨਾ ਹੈ ਇਸਨੇ, ਇਹ ਆਪਣੇ ਸ਼ਿਕਾਰ ਨੂੰ ਮਾਰਨ ਵਾਸਤੇ ਹੈ। ਅਸੀਂ ਨਿਮਦੇ, ਲਿਫਦੇ, ਚੁੱਕਦੇ, ਪਰ ਕਾਹਦੇ ਵਾਸਤੇ? ਸਿਰਫ ਆਪਣੇ ਸਵਾਰਥ ਦੀ ਪੂਰਤੀ ਵਾਸਤੇ। ਬਾਬਾ ਜੀ ਕਹਿੰਦੇ ਸੁਭਾਅ ਬਣੇ ਤੇਰਾ, ਕੁਦਰਤੀ ਤੌਰ ਤੇ ਤੇਰਾ ਨੇਚਰ ਇਹੋ ਜਿਹਾ ਹੋ ਜਾਏ, ਦਾਸਤ ਭਾਵ ਵਿੱਚ ਤੂੰ ਰਹੇ। ਅਪਰਾਧੀ ਦੁਣਾ ਨੀ ਮੈਂ, ਜਿਉਂ ਹੰਤਾ ਮਿਰਗਾ ਹੈ। ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕੁਸੁੱਧੇ ਜਾਏ। ਸੀਸ ਨਿਵਾਇਆ ਕੀ ਕਰੇਗਾ ਜੇ ਹਿਰਦੈ ਕੁਸੁੱਧਿਆ ਤੇ, ਜੇ ਅੰਦਰ ਦੀ ਉਹ ਸ਼ੁੱਧਤਾ, ਇਹ ਦਾਸਤ ਭਾਵ, ਮੈਂ ਨਿਵਿਆ ਆਖੇ ਤੇ ਅੰਦਰੋਂ ਹੀ ਨਿਭ ਗਿਆ, ਲਿਫ ਗਿਆ। ਕਿਆ ਮਹਾਰਾਜ ਤਰਸ ਕੀਤਾ ਤੂੰ, ਮੈਂ ਆਪਣੇ ਆਪ ਨੂੰ ਕਿਤੇ ਵਿਖਾਵਾਂ ਹੀ ਨਾ। ਆਹ ਬਚਨ ਗੁਰੂ ਅਮਰਦਾਸ ਮਹਾਰਾਜ ਬਿਆਨ ਕਰਦੇ, ਕਹਿੰਦੇ ਆਪ ਛੋੜ ਹੋਏ ਦਾਸਤ ਭਾਏ, ਆਪਣਾ ਆਪਾ ਛੱਡ, ਅਹੰਗ ਦੀ ਬਿਰਤੀ ਛੱਡ, ਦਾਸਤ ਭਾਵ ਆ ਜਾ, ਤੋ ਜਗ ਜੀਵਨ ਵਸੈ ਮਨੇ ਆਏ। ਜਿਹੜਾ ਜਗਤ ਦਾ ਜੀਵਨ ਦਹਿੰਦ ਆ ਵਾਹਿਗੁਰੂ ਜੀ, ਤਾਂ ਤੇਰੇ ਮਨ ਵਿੱਚ ਆ ਕੇ ਵਸੇ। ਵਾਹਿਗੁਰੂ ਦਾ ਨੇਚਰ ਇਸੇ ਰੂਪ ਵਿੱਚ ਮਹਾਰਾਜ ਬਿਆਨ ਕਰਦੇ, ਉਹਦੇ ਗੁਣਾਂ ਦੇ ਪੱਖ ਤੋਂ, ਕਿ ਮਨੁੱਖ ਜਿੰਨਾ ਤੂੰ ਆਪਣੇ ਆਪ ਨੂੰ ਨਹੀਂ ਜਿਤਾਏਗਾ, ਕਿਉਂਕਿ ਵਾਹਿਗੁਰੂ ਜਿਤਾਉਂਦਾ ਹੀ ਨਹੀਂ, ਸਭ ਕਾਸੇ ਨੂੰ ਕਰਕੇ ਕਿਤੇ ਆਉਂਦਾ ਆ ਕੇ ਮਨੁੱਖ ਨੂੰ ਕਹਿੰਦਾ ਓਏ ਮੈਂ ਵੱਡਾ, ਮੇਰੀ ਪੂਜਾ ਕਰ ਨਾ। ਹਾਂ, ਜੇ ਕਿਤੇ ਜਿਸ ਮਨੁੱਖ ਦੇ ਵਿੱਚ ਵਰਤ ਰਿਹਾ, ਉਹ ਜਿਹਦੇ ਜ਼ਰੀਏ ਵਰਤ ਰਿਹਾ, ਉਹ ਕਹਿੰਦਾ ਮੈਂ ਵੱਡਾ ਵਾਂ, ਉਹ ਆਪਣੀ ਪੂਜਾ, ਇੱਥੇ ਫਿਰ ਰੱਬ ਦੇ ਤਸੱਬਰ ਤੋਂ ਟੁੱਟ ਜਾਂਦਾ। ਕਿਹਾ ਤੋ ਜਗ ਜੀਵਨ ਵਸੈ ਮਨੇ ਆਏ, ਭਗਤ ਕਰੇ ਸਦਵਿਖ ਹੈ ਹਜ਼ੂਰ। ਭਗਤੀ ਕੀ ਹੈ ਜੀ? ਸਦਵਿਖ ਹੈ ਹਜ਼ੂਰ, ਰੱਬ ਨੂੰ ਹਾਜ਼ਰ ਨਾਜ਼ਰ ਜਾਣਨਾ, ਇਹ ਭਗਤੀ ਹੈ। ਤੁਸੀਂ ਰੱਬ ਨੂੰ ਭੁੱਲਦੇ ਹੋ, ਭੁੱਲਣਾ ਪਾਪ ਹੈ, ਭੁੱਲਣਾ ਗੁਨਾਹ ਹੈ, ਭੁੱਲ ਕੇ ਹੀ ਬੰਦਾ ਜੀਵਨ ਦੀਆਂ ਭੁੱਲਾਂ ਕਰਦਾ ਆ। ਅਤੇ ਫਿਰ ਇਸੇ ਕਰਕੇ ਕੁਝ ਇਹੋ ਜਿਹੇ ਬਚਨ ਹਰ ਵਕਤ ਪੜ੍ਹਦੇ ਰਹੋ, ਸੁਣਦੇ ਰਹੋ, ਸੰਗਤ ਕਰੋ, ਜਿਹਦੇ ਨਾਲ ਵਾਹਿਗੁਰੂ ਯਾਦ ਰਹੇ। ਜਦੋਂ ਸੰਸਾਰੀ ਤੌਰ 'ਤੇ ਅਸੀਂ ਵਿਚਰਦੇ ਹਾਂ ਨਾ, ਅਤੇ ਕੋਈ ਬੰਦਾ ਇਹੋ ਜਿਹਾ ਕਰਮ 'ਤੇ ਅਮਲ ਕਰ ਦਿੰਦਾ, ਜਿਹੜਾ ਕਰਮ 'ਤੇ ਅਮਲ ਮਨੁੱਖ ਨੂੰ ਸੋਭਦਾ ਨਹੀਂ ਗਾ, ਅਤੇ ਅਸੀਂ ਕਹਿ ਦਿੰਦੇ ਹਾਂ, ਕਹਿੰਦੇ ਹਾਂ ਇਹਨੂੰ ਰੱਬ ਭੁੱਲ ਗਿਆ, ਇਹਨੂੰ ਵਾਹਿਗੁਰੂ ਚੇਤੇ ਨਹੀਂ ਗਾ, ਇਹਨੂੰ ਵਾਹਿਗੁਰੂ ਹਾਜ਼ਰ ਨਾਜ਼ਰ ਨਹੀਂ ਦਿਸ ਰਿਹਾ, ਇਹਨੂੰ ਅਹਿਸਾਸ ਨਹੀਂ ਗਾ ਜੋ ਕੁਝ ਕਰ ਰਿਹਾ, ਜੋ ਕੁਝ ਆਲੇ ਦੁਆਲੇ ਮਤਲਬ ਬੀਜ ਰਿਹਾ, ਇਹ ਵੱਢਣਾ ਪੈਣਾ, ਕਿਉਂਕਿ ਉਹਦਾ ਦਸਤੂਰ ਹੀ ਇਹ ਹੈ। ਕਿਤੇ ਸੰਸਾਰ ਤੋਂ ਤੂੰ ਲੁਕਾ ਛੁਪਾ ਲਵੇਂਗਾ। ਮੈਂ ਇੱਕ ਸ਼ਖਸ ਅੱਗੇ ਨੂੰ ਮਿਲਿਆ, ਉਹਦੇ ਅੱਗੇ ਇੱਕ ਵੱਖਰੇ ਕਿਸਮ ਦਾ ਮੈਂ ਵਿਹਾਰ ਕਰ ਰਿਹਾ, ਦੂਜੇ ਅੱਗੇ ਖੜਾ ਉਹਦੇ ਅੱਗੇ ਡਿਫਰੈਂਟ ਕਿਸਮ ਦਾ ਕਰ ਰਿਹਾ, ਤੀਸਰੇ ਨੂੰ ਇੱਕ ਹੋਰ ਕਿਸਮ ਦਾ ਵਿਹਾਰ ਕਰਦਾ ਜਾ ਕੇ, ਅਤੇ ਸੋਚਦਾ ਹਾਂ ਇੱਥੇ ਕਿਹੜਾ ਪਤਾ ਲੱਗਣਾ ਕੋਈ। ਬਾਬਾ ਜੀ ਕਿਉਂ ਉੱਥੇ ਹਾਜ਼ਰ ਨਾਜ਼ਰ ਹੈ, ਸਭ ਜਾਣਦਾ ਆ, ਸਭ ਪਤਾ ਹੈ ਉਸਨੂੰ, ਕਿਹਦੇ ਤੋਂ ਲੁਕਾਵਾਂਗਾ? ਪਰ ਮੈਨੂੰ ਤੇ ਇਹਦੀ ਕੋਈ ਸਮਝ ਨਹੀਂ ਆਉਂਦੀ, ਕਿਉਂ? ਕਿਉਂਕਿ ਮੇਰੀ ਭਗਤੀ ਨਹੀਂ ਗਈ, ਮੈਂ ਭਗਤੀ ਕੀਤੀ ਨਹੀਂ। ਜਿੱਦਣ ਭਗਤ ਬਣ ਗਿਆ, ਜਿੱਦਣ ਭਗਤ ਹੋ ਗਿਆ, ਉਦਣ ਅਹਿਸਾਸ ਹੋ ਜਾਏਗਾ ਉਹੀ ਕਾਇਮ ਦਾਇਨ ਹੈ, ਹਾਜ਼ਰ ਨਾਜ਼ਰ ਆ, ਮਨਾ ਨਾ ਡੁੱਲਣਾ ਹੈ, ਨਾ ਕਿਸੇ ਰੂਪ ਵਿੱਚ ਘਬਰਾਉਣਾ ਹੈ, ਅਤੇ ਨਾ ਹੀ ਕਿਸੇ ਵਹਿਮ ਵਿੱਚ ਰਹਿਣਾ ਕਿ ਮੈਂ ਕਿਸੇ ਤੋਂ ਲੁਕਾ ਲਾਂਗਾ, ਛੁਪਾ ਲਾਂਗਾ, ਕਿਹੜਾ ਕਿਸੇ ਨੂੰ ਪਤਾ ਲੱਗਣ ਦਿਆ, ਸਭ ਚੀਜ਼ਾਂ ਤੋਂ ਬਾਹਰ ਆ ਜਾ। ਬਚਨ ਆਇਆ ਮਹਾਰਾਜ ਬਿਆਨ ਕਰਦੇ ਕਿ ਭਗਤ ਕਰੇ ਸਦਵੇਖੇ ਹਜ਼ੂਰ, ਮੇਰਾ ਪ੍ਰਭ ਸਦ ਰਿਹਾ ਭਰਪੂਰ, ਸਦ ਰਿਹਾ ਭਰਪੂਰ, ਸਦਾ ਭਰਪੂਰ ਆ। ਵਾਹਿਗੁਰੂ ਦਾ ਨਾਮ ਬਸੰਤ ਹੈ, ਵਾਹਿਗੁਰੂ ਦਾ ਨਾਮ ਖੁਸ਼ੀ ਹੈ, ਵਾਹਿਗੁਰੂ ਦੀ ਹੋਂਦ ਸਾਡੇ ਵਾਸਤੇ ਬਰਕਤ ਦਾ ਸਬੱਬ ਆ। ਜਦੋਂ ਉਹ ਸਦ ਹਜ਼ੂਰ ਅਤੇ ਸਦ ਭਰਪੂਰ ਆ, ਫਿਰ ਹਰ ਵਕਤ ਹੀ ਬਸੰਤ ਆ, ਫਿਰ ਮੌਲਣ ਵਾਲੀ ਬਾਤ ਹਰ ਵਕਤ ਬਣੀ ਹੈ, ਮੇਰਾ ਪ੍ਰਭ ਸਦ ਰਿਹਾ ਭਰਪੂਰ। ਇਸ ਭਗਤੀ ਕਾ ਕੋਈ ਜਾਣਾ ਭੇਓ, ਵਿਰਲਾ ਹੈ ਭਾਈ ਜਿਹੜਾ ਇਸ ਭਗਤੀ ਦਾ ਭੇਤ ਜਾਣਦਾ ਆ।
ਅਦਰਵਾਈਜ਼ ਵਿਖਾਵੇ ਦੀ ਭਗਤੀ ਤਾਂ ਕੋਈ ਵੀ ਕਰ ਲਏਗਾ। ਮਤਲਬ ਬਾਬਾ ਜੀ ਕਹਿੰਦੇ ਵੀ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਬੰਦੇ ਨੇ ਹੀ ਸੋਚ ਲਿਆ ਕਿ ਇੱਕ ਪਹਿਰਾਵਾ, ਇੱਕ ਭੇਖ, ਇੱਕ ਵਿਖਾਵੇ ਦੀ ਪ੍ਰਵਿਰਤੀ ਇਹ ਭਗਤੀ ਹੈ। ਬਾਬਾ ਜੀ ਕਹਿੰਦੇ ਨਹੀਂ ਨਹੀਂ, ਇਹ ਭਗਤੀ ਦਾ ਭੇਤ ਜਿਹੜੀ ਅਸਲ ਭਗਤੀ ਹੈ ਕੋਈ ਵਿਰਲਾ ਜਾਣਦਾ ਆ। ਅਦਰਵਾਈਜ਼ ਬੰਦਾ ਭਗਤੀ ਦੇ ਨਾਂ ਤੇ ਕਿਸੇ ਭੁਲੇਖੇ 'ਚ ਹੀ ਪਿਆ ਆ। ਬਚਨ ਆਇਆ ਇਸ ਭਗਤੀ ਕਾ ਕੋਈ ਜਾਣੈ ਭੇਉ, ਸਭ ਮੇਰਾ ਪ੍ਰਭ ਆਤਮ ਦੇਉ। ਇਹ ਸਵਾਲ ਰਿਹਾ ਆ ਕਿੱਥੇ ਆ ਰੱਬ, ਕਿਸੇ ਨੇ ਨਹੀਂ ਵੇਖਿਆ, ਹੈ ਹੀ ਨਹੀਂ, ਹੁੰਦਾ ਤੇ ਕੋਈ ਵੇਖਦਾ ਨਾ, ਮੌਜੂਦ ਹੀ ਨਹੀਂ। ਬਾਬਾ ਜੀ ਕਹਿੰਦੇ ਆਤਮ ਦੇਉ ਹੈ। ਜਦੋਂ ਅੰਦਰ ਆਪਣੀ ਆਤਮਾ 'ਚ ਝਾਤ ਮਾਰੇਗਾ, ਆਪਣੇ ਅੰਦਰ ਗਹਿਰੇ ਤਲ ਤੇ ਜਾਏਗਾ, ਉਹੀ ਤੇ ਹੈ। ਹੋਰ ਕੌਣ ਹੈ, ਹੋਰ ਕੌਣ ਬੋਲ ਰਿਹਾ, ਕੌਣ ਵੇਖ ਰਿਹਾ, ਕੌਣ ਸਭ ਕਾਸੇ ਨੂੰ ਚਲਾ ਰਿਹਾ ਹੈ। ਜਿਵੇਂ ਮਤਲਬ ਸਾਇੰਸ ਵਾਲੀ ਸਾਈਡ ਤੋਂ ਗੱਲ ਕਰੀਏ, ਜਿਵੇਂ ਯੰਗ ਬੱਚਿਆਂ ਨਾਲ ਕਈ ਵਾਰੀ ਅਸੀਂ ਗੱਲਾਂ ਇੰਟਰੈਕਸ਼ਨ ਕਰਦੇ ਹਾਂ। ਸਟੀਫਨ ਹਾਕਿੰਗਸ ਪਿਛਲੇ ਸਮੇਂ ਦਾ ਬੜਾ ਉਮਦਾ ਸਾਇੰਟਿਸਟ ਹੋਇਆ, ਉਸਨੂੰ ਆਇਨਸਟਾਈਨ ਕਿਹਾ ਗਿਆ ਸੀ ਇਸ ਯੁੱਗ ਦਾ। ਅਤੇ ਉਸਨੇ ਬੜੀ ਮਤਲਬ ਡੀਪ ਲੈਵਲ 'ਤੇ ਚੀਜ਼ਾਂ ਨੂੰ ਅੰਡਰਸਟੈਂਡ ਕੀਤਾ। ਅਤੇ ਇੱਕ ਮਿਸਾਲ ਦਿੰਦਾ, ਜਿਵੇਂ ਆਪਾਂ ਨਾ ਫੋਨ ਚਲਾਉਂਦੇ ਹਾਂ ਅਤੇ ਫੋਨ ਦੇ ਵਿੱਚ ਲੀਥੀਅਮ ਦੀ ਬੈਟਰੀ ਹੁੰਦੀ ਹੈ, ਇੱਕ ਲੀਥੀਅਮ ਪ੍ਰੋਡਕਟ ਹੈ ਜਿਹੜਾ ਇਲੈਕਟ੍ਰੀਸਿਟੀ ਨੂੰ, ਜਿਹੜੀ ਐਨਰਜੀ ਹੈ ਉਸਨੂੰ ਆਪਣੇ ਵਿੱਚ ਕੈਰੀ ਕਰ ਲੈਂਦਾ, ਇਕੱਠੀ ਕਰ ਲੈਂਦਾ, ਜਿਹਦੇ ਕਰਕੇ ਬੈਟਰੀ ਵਾਲੀਆਂ ਕਾਰਾਂ ਚੱਲ ਰਹੀਆਂ ਅੱਜ ਕੱਲ੍ਹ, ਤੁਸੀਂ ਦੇਖਦੇ ਹੋ ਸਾਰੀਆਂ ਚਾਰਜ ਕਰਦੇ ਹੋ ਅਤੇ ਚਾਰਜ ਕਰਕੇ ਉਹ ਫਿਰ ਕਹਿੰਦੇ ਨੇ ਵੀ ਹੁਣ ਇਹ 400 ਕਿਲੋਮੀਟਰ ਚੱਲ ਜਾਏਗੀ, 500 ਕਿਲੋਮੀਟਰ ਚੱਲ ਜਾਏਗੀ, ਉਸਨੇ ਐਨਰਜੀ ਕੈਰੀ ਕਰ ਲਈ। ਅੱਛਾ ਹੁੰਦਾ ਕਿ ਐਨਰਜੀ ਕੈਰੀ ਕਰਕੇ ਹੌਲੀ 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 ਉਹ ਛੱਡੀ ਜਾਂਦੀ ਤੋਂ ਮੋਟਰਾਂ ਚੱਲੀ ਜਾਂਦੀਆਂ। ਇੱਕ ਦਿਨ ਕੀ ਹੁੰਦਾ ਕਿ ਸਮਾਂ ਪਾ ਕੇ ਜਦੋਂ ਉਸਨੂੰ ਅਸੀਂ ਇਲੈਕਟ੍ਰਿਕ ਸ਼ੂ ਦੇ ਨਾਲ ਲਗਾਉਂਦੇ, ਸਾਰਾ ਕੁਛ ਔਨ ਹੋ ਜਾਂਦਾ, ਜਦੋਂ ਅਸੀਂ ਲਾਉਂਦੇ ਔਫ ਹੋ ਜਾਂਦਾ। ਕੀ ਹੋ ਗਿਆ, ਚੱਲ ਤੇ ਰਿਹਾ ਸਾਰਾ ਕੁਛ? ਨਹੀਂ ਨਹੀਂ ਸਾਰਾ ਕੁਛ ਚੱਲ ਰਿਹਾ, ਪਰ ਹੁਣ ਜਿਹੜੀ ਬੈਟਰੀ ਦੇ ਵਿੱਚ ਐਬਿਲਿਟੀ ਸੀਗੀ ਨਾ ਉਸ ਐਨਰਜੀ ਨੂੰ ਕੈਰੀ ਕਰਨ ਦੀ, ਉਹ ਖਤਮ ਹੋ ਗਈ ਹੈ। ਜਿਹੜੀ ਆ ਸਾਡੀ ਆ ਬਣੀ ਹੋਈ ਮਡੋਲੀ ਆ ਨਾ, ਹੈ ਤੇ ਮਿੱਟੀ ਸਾਰੀ ਹੈ, ਮਿੱਟੀ ਨੇ ਰੂਪ ਵਟਾਇਆ ਆ। ਇਹੀ ਮਿੱਟੀ ਰੂਪ ਵਟਾ ਕੇ ਕਿਡਨੀਆਂ ਬਣ ਗਈ ਹੈ, ਲਿਵਰ ਬਣ ਗਈ ਹੈ, ਹਾਰਟ ਬਣ ਗਈ ਹੈ, ਬ੍ਰੇਨ ਬਣ ਗਈ ਹੈ, ਸਾਰਾ ਨਰਵ ਸਿਸਟਮ ਬਣ ਗਈ ਹੈ, ਅਤੇ ਸਾਰਾ ਸਿਸਟਮ ਰਨ ਹੋ ਰਿਹਾ ਸਾਰਾ ਦਾ ਸਾਰਾ। ਨੈਚੁਰਲ ਵੇ ਨਾਲ ਜਦੋਂ ਇੱਕ ਲੈਵਲ ਆਉਂਦਾ ਨਾ, ਉਦੋਂ ਡਾਕਟਰ ਕਹਿੰਦੇ ਨੇ ਵੀ ਯੂਨੋ ਇਹਦੀ ਨਾ ਹੁਣ ਹਰ ਚੀਜ਼ ਜਿਹੜੀ ਹੈ ਉਹ ਆਊਟਡੇਟਡ ਹੋ ਗਈ ਹੈ। ਹੁਣ ਕਿਡਨੀਆਂ ਤਾਂ ਹੈਗੀਆਂ ਨੇ, ਪਰ ਇਹ ਹੁਣ ਕੰਮ ਕਰਨਾ ਛੱਡਦਾ ਨਾ। ਲਿਵਰ ਤਾਂ ਹੈਗਾ ਆ, ਪਰ ਹੁਣ ਇਹ ਨਾ ਜਿਹੜਾ ਦਾ ਕੰਮ ਸੀਗਾ ਖੂਨ ਨੂੰ ਸਾਫ਼ ਕਰਨਾ, ਉਹਨੇ ਕਰਨਾ ਛੱਡ ਦਿੱਤਾ। ਹਾਰਟ ਤਾਂ ਹੈਗਾ ਆ, ਪਰ ਹੁਣ ਪੰਪ ਨਹੀਂ ਕਰ ਸਕਦਾ, ਇਹਦੀ ਐਬਿਲਿਟੀ ਹੁਣ ਉਹ ਨਹੀਂ ਰਹੀ। ਇਸ ਤਰ੍ਹਾਂ ਜਾਣੋ ਜਿਵੇਂ ਉਹ ਲੀਥੀਅਮ ਦੀ ਬੈਟਰੀ ਹੁੰਦੀ ਨਾ, ਉਹਦੇ 'ਚ ਹੁਣ ਇਲੈਕਟ੍ਰੀਸਿਟੀ ਅੰਦਰ ਕੈਰੀ ਕਰਨ ਦੀ ਐਬਿਲਿਟੀ ਨਹੀਂ ਰਹਿ ਗਈ, ਉਹ ਨਾ ਹੁਣ ਕੈਰੀ ਕਰ ਸਕਦੀ ਹੈ ਨਾ ਹੌਲੀ ਹੌਲੀ ਛੱਡ ਸਕਦੀ ਹੈ। ਉਹ ਇਸ ਚੀਜ਼ ਨੂੰ ਕਹਿੰਦਾ ਸਾਡੇ ਅੰਦਰ ਇੱਕ ਗੋਡਲੀ ਪਾਰਟੀਕਲ ਐਬਿਲਿਟੀ ਹੈ, ਇੱਕ ਰੱਬੀ ਸ਼ਕਤੀ ਵਰਤਦੀ ਹੈ ਇਹਦੇ ਅੰਦਰ, ਜਿਹੜੀ ਇਸ ਐਨਰਜੀ ਨੂੰ ਅੰਦਰ ਬਾਹਰੋਂ ਕੈਰੀ ਕਰਦੀ ਹੈ ਅਤੇ ਇਹਦੇ ਸਦਕਾ ਉਸਨੂੰ ਕੰਟਰੀਬਿਊਟ ਕਰਦੀ ਹੈ ਧਰਤੀ ਦੇ ਉੱਤੇ। ਇੱਕ ਸਮਾਂ ਆਉਂਦਾ ਹੈ ਜਦੋਂ ਐਨਰਜੀ ਸਾਡੇ 'ਚ ਨਹੀਂ ਰਹਿੰਦੀ, ਤੁਸੀਂ ਉਸਨੂੰ ਰੂਹ ਕਹਿ ਲਓ, ਆਤਮਾ ਕਹਿ ਲਓ, ਤੁਸੀਂ ਜੋ ਨਾਂ ਦੇਣਾ ਦੇ ਸਕਦੇ ਹੋ, ਸਪਿਰਿਟ ਕਹਿ ਲਓ, ਇਹ ਆਤਮ ਦੇਓ, ਉਹ ਦੇਓ ਵਸਦਾ ਤੁਹਾਡੇ ਅੰਦਰ, ਉਹ ਦੇਓ ਕੁਝ ਸਮੇਂ ਲਈ ਆਪਣਾ ਜਲਵਾ ਬਖੇਰਦਾ, ਫਿਰ ਉਹ ਬਖੇਰਦਾ ਹੋਇਆ ਸਾਰੇ ਯੂਨੀਵਰਸ ਜਿਵੇਂ ਫੈਲਾਅ ਵਿੱਚ ਆ, ਅਲਟੀਮੇਟਲੀ ਫਿਰ ਇੱਥੋਂ ਵਾਪਸ ਉਹਦੇ 'ਚ ਜੁਦਾ ਹੋ ਜਾਂਦਾ। ਮਹਾਰਾਜ ਕਹਿੰਦੇ ਕੁਦਰਤ ਨੇ ਬਹੁਤ ਰੂਪ ਬਣਾਏ ਨੇ, ਅਸੀਂ ਸ਼ਬਦ ਪੜ੍ਹਦੇ ਨਾ ਅਵਲ ਅੱਲਾ ਨੂਰ ਉਪਾਇਆ, ਪ੍ਰਕਾਸ਼ ਕੁਦਰਤ ਕੇ ਸਭ ਬੰਦੇ, ਬੰਦੇ ਤਾਂ ਅਸੀਂ ਬੰਦੇ ਭਾਵ ਲੈ ਲੈਂਦੇ ਹਾਂ ਹਿਊਮਨ ਬੀਇੰਗਸ ਮਨੁੱਖ, ਪਰ ਕੁਦਰਤ ਦਾ ਰੂਪ ਇਕੱਲੇ ਮਨੁੱਖ ਹੀ ਨੇ।
ਸਾਰਾ ਹੀ ਕੁਦਰਤ ਆ। ਜੋ ਕੁਝ ਵੀ ਆਕਾਰ ਬੰਦ ਹੋਇਆ ਆ ਇਹ ਕੁਦਰਤ ਦਾ ਰੂਪ ਆ। ਜਿਹਨੇ ਆਕਾਰ ਧਾਰਨ ਕਰ ਲਿਆ, ਹੁਕਮੀ ਹੋਵਨ ਆਕਾਰ ਹੁਕਮ ਨ, ਜੋ ਕੁਝ ਆਕਾਰ ਚ ਬੱਝਾ ਆ ਉਹ ਪਾਬੰਦ ਹੋਇਆ, ਉਹ ਜਿਹੜਾ ਰੂਪ ਆ ਉਹ ਸਾਰਾ ਕੁਦਰਤ ਦਾ ਰੂਪ ਆ। ਹੁਣ ਜੋ ਕੁਝ ਅਸੀਂ ਦੇਖਦੇ ਹਾਂ, ਜਿੰਨੇ ਰੂਪ ਅਸੀਂ ਕੁਦਰਤ ਦੇ ਬੱਝੇ ਦੇਖਦੇ ਹਾਂ, ਇਹਨਾਂ ਸਾਰਿਆਂ ਦੇ ਵਿੱਚ ਆਹ ਜਿਹੜਾ ਪਿੜ ਬੰਨਿਆ ਕੁਦਰਤ ਦਾ, ਇਸ ਨੂੰ ਕੁਦਰਤ ਨੇ ਇੱਕ ਐਕਸਟਰਾ ਐਬਿਲਿਟੀ ਦਿੱਤੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਅਵੇਅਰਨੈਸ, ਜਾਗਰਤੀ। ਉਸ ਜਾਗਰਤੀ ਨੂੰ ਜੋ ਤੁਸੀਂ ਮਾਣਦੇ ਹੋ, ਤੁਸੀਂ ਉਸ ਵਸਦੇ ਹੋਏ ਨੂੰ ਵਿੱਚ ਉਹਨੂੰ ਐਕਸਪੀਰੀਅੰਸ ਕਰ ਸਕਦੇ ਹੋ, ਆਤਮ ਦੇਵ ਨੂੰ। ਐਜ਼ ਆਈ ਅੰਡਰਸਟੈਂਡ, ਜੋ ਬਾਣੀ ਪੜ੍ਹਦਿਆਂ ਸਮਝ ਲੱਗ ਰਹੀ ਹੈ, ਮਹਾਰਾਜ ਬਿਆਨ ਕਰਦੇ ਮੇਰਾ ਸਭ ਮੇਰਾ ਪ੍ਰਭ ਆਤਮ ਦੇਵ। ਜਿੱਦਣ ਉਹ ਪ੍ਰਭ ਆਤਮ ਦੇਵ ਮੈਨੂੰ ਦੀਦਾਰ ਹੋਏ ਨਾ ਉਹਦੇ, ਫਿਰ ਲੱਗਾ ਸਭ ਮੇਰਾ, ਮੈਂ ਐਵੇਂ ਵਿਤਕਰੇ ਕਰੀ ਜਾਂਦਾ, ਮੈਂ ਐਵੇਂ ਬਗਾਨਗੀ 'ਚ ਰਹੀ ਜਾਂਦਾ, ਮੈਂ ਐਵੇਂ ਸਾਰਿਆਂ ਦੇ ਵਿੱਚ ਕਿਸੇ ਨੂੰ ਦੁਸ਼ਮਣ, ਕਿਸੇ ਨੂੰ ਮਿੱਤਰ, ਕਿਸੇ ਨੂੰ ਦੱਸ ਰਿਹਾ, ਹੈ ਤਾਂ ਸਾਰਾ ਮੇਰਾ ਹੀ ਰੂਪ ਆ। ਇੱਥੋਂ ਬੰਦੇ 'ਚ ਇੱਕ ਆਤਮਕ ਤੌਰ 'ਤੇ ਭਰਾਤਰੀ ਭਾਵ ਜਨਮ ਲੈਂਦਾ ਆ। ਨਹੀਂ ਤਾਂ ਵਿਖਾਵੇ ਦੀ ਆਪਣਤ ਹੈ, ਮੋਸਟਲੀ ਈਰਖਾ ਅਤੇ ਨਫ਼ਰਤ 'ਚ ਬੰਦਾ ਜੀਂਦਾ ਆ। ਬੰਦੇ ਨੂੰ ਬਗਾਨੇ ਵੱਧ ਅਤੇ ਆਪਣੇ ਘੱਟ ਦਿਸਦੇ ਨੇ। ਹਾਲਤ ਤਾਂ ਇਹ ਬਣ ਜਾਂਦੀ ਹੈ ਜਦੋਂ ਅਸੀਂ ਉਹਨੂੰ ਡਿਪਰੈਸ਼ਨ ਅਤੇ ਬਿਮਾਰੀਆਂ ਕਹਿੰਦੇ ਹਾਂ ਨਾ, ਘਰ ਦੀ ਛੱਤ ਹੇਠ ਉਹਨੂੰ ਲੱਗਦਾ ਵੀ ਸਾਰੇ ਮੇਰੇ ਦੁਸ਼ਮਣ ਨੇ, ਇਕੱਲਾ ਮੈਂ ਹੀ ਹਾਂ ਜਿਹੜਾ ਆਪਣੇ ਬਾਰੇ ਸੋਚਦਾ, ਕੋਈ ਮੇਰੇ ਬਾਰੇ ਨਹੀਂ ਸੋਚਦਾ, ਮੇਰਾ ਵੀ ਮੇਰਾ ਨਹੀਂ ਦਿਸਦਾ। ਇੱਕ ਲੈਵਲ 'ਤੇ ਆ ਕੇ ਬੰਦਾ ਆਪਣੇ ਆਪ ਨੂੰ ਕੋਸਦਾ ਆ ਵੀ ਜਿਵੇਂ ਮੈਂ ਚਾਹੁੰਦਾ ਉਵੇਂ ਮੇਰਾ ਸਰੀਰ ਨਹੀਂ ਚੱਲ ਰਿਹਾ, ਇਹ ਵੀ ਨਹੀਂ ਮੇਰਾ ਰਿਹਾ ਹੋਣਾ। ਸੱਚਾਈ ਇਹ ਹੈ ਜੇ ਧਿਆਨ ਨਾਲ ਦੇਖੇਗਾ ਤਾਂ ਸਾਰੇ ਤੇਰਾ ਰੂਪ ਪਸਰਿਆ ਹੋਇਆ ਹੈ। ਇੱਕ ਅੰਡਰਸਟੈਂਡਿੰਗ ਹੈ, ਉਸ ਰੂਪ ਵਿੱਚ ਬਾਬਾ ਜੀ ਬਾਤ ਕਰਦੇ। ਇਸ ਨੂੰ ਕਹਿੰਦੇ ਇਹ ਬਸੰਤ, ਇਹ ਹੈ ਮੌਲਣ ਦੀ ਅਵਸਥਾ। ਅਨਫੋਰਚੁਨੇਟ ਪਾਰਟ ਆ, ਇਹ ਥੋਟ ਬੰਦੇ ਨੂੰ ਸਮਝ ਆ ਕੇ ਵੀ ਨਹੀਂ ਸਮਝ ਆਉਂਦਾ, ਕਿਉਂਕਿ ਮੋਸਟਲੀ ਅਸੀਂ ਸਮਝਣਾ ਚਾਹੁੰਦੇ ਹਾਂ ਬੌਧਿਕ ਪੱਧਰ 'ਤੇ। ਬਾਬਾ ਜੀ ਕਹਿੰਦੇ ਨੇ ਵਿਹਾਰ ਦੇ ਪੱਧਰ 'ਤੇ ਇਹਨੂੰ ਅਪਣਾ। ਮੈਂ ਕਹਿੰਦਾ ਨਹੀਂ, ਮੈਨੂੰ ਨਾ ਦਿਮਾਗੀ ਤੌਰ 'ਤੇ ਸਮਝ ਆ ਜਾਏ, ਇੰਨਾ ਬਹੁਤ ਆ ਬਸ। ਵਿਹਾਰਕ ਤੌਰ 'ਤੇ ਨਹੀਂ, ਵਿਹਾਰਕ ਤੌਰ 'ਤੇ ਜੋ ਮੈਂ ਕਰ ਰਿਹਾ ਇਸ ਤੋਂ ਵਧੀਆ ਨਹੀਂ ਕੁਛ ਹੋ ਸਕਦਾ, ਬੈਸਟ ਹੈ। ਹਾਂ, ਬੌਧਿਕ ਤੌਰ 'ਤੇ ਮੈਨੂੰ ਥੋੜ੍ਹੀ ਬਹੁਤੀ ਤੁਸੀਂ ਅਕਲ ਦੇ ਦਿਓ, ਮੈਨੂੰ ਸਮਝ ਆ ਜਾਏ ਵੀ ਹਾਂ ਮੈਨੂੰ ਚੀਜ਼ ਲੱਗੇ ਵਧੀਆ ਹੈ, ਮੈਂ ਬਿਹੇਵੀਅਰ ਦੇ ਵਿੱਚ ਅਡੋਪਟ ਨਹੀਂ ਕਰਨੀ। ਮਹਾਰਾਜ ਕਹਿੰਦੇ ਉਹਦੇ ਨਾਲ ਗੱਲ ਨਹੀਂ ਬਣਨੀ। ਇੱਥੇ ਬਚਨ ਆਇਆ, ਸਭ ਮੇਰਾ ਪ੍ਰਭ ਆਤਮ ਦਿਓ, ਆਪੇ ਸਤਿਗੁਰ ਮੇਲ ਮਿਲਾਏ। ਅੱਛਾ ਬਾਬਾ ਜੀ, ਇਸ ਲਈ ਸਾਨੂੰ ਕੋਈ ਸੋਰਸ ਹੈ ਜਿਹੜਾ ਸਾਡੀ ਮਦਦ ਕਰ ਸਕਦਾ? ਸਭ ਕਹਿੰਦੇ ਉਹ ਆਪ ਹੀ ਹੈ, ਉਹ ਆਪ। ਆਪ ਬੜਾ ਕਮਾਲ ਦਾ ਪ੍ਰੋਨਾਉਨ ਹੈ, ਮੇਰੇ ਤੁਹਾਡੇ ਸਭ ਵਿੱਚ ਹੀ ਵਸ ਰਿਹਾ ਉਹ ਆਪ ਜਿਹੜਾ। ਕਿਆ ਆਪੇ ਸਤਿਗੁਰ ਮੇਲ ਮਿਲਾਏ, ਜਗ ਜੀਵਨ ਸਿਉ ਆਪ ਚਿਤ ਲਾਏ। ਜਗਤ ਦੇ ਜੀਵਨ ਦਹਿੰਦ ਉਸ ਸ਼ਕਤੀ ਨਾਲ ਸਾਡਾ ਚਿੱਤ ਆਪ ਹੀ ਲਾ ਦੇ, ਆਪ ਹੀ ਸਾਨੂੰ ਉਹਦੇ ਨਾਲ ਜੋੜ ਦੇਵੇ। ਕਿਆ ਮਨ ਤਨ ਹਰਿਆ ਸਹਿਜ ਸੁਭਾਏ, ਹਰਿਆ ਸਹਿਜ ਸੁਭਾਏ। ਬਸੰਤ ਆਉਂਦੀ ਅਤੇ ਬਸੰਤ ਦੇ ਨਾਲ ਥੋੜ੍ਹੀ ਗਰਮੀ ਵੱਧਦੀ ਹੈ ਅਤੇ ਸਿਆਲੀ ਦਿਨ ਖਤਮ ਹੁੰਦੇ ਨੇ ਅਤੇ ਹਰਿਆਵਲ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਕਜਬ ਇਹ ਹੈ, ਜਿਸ ਨੂੰ ਪਾਣੀ ਨਹੀਂ ਪੈਂਦਾ, ਜਿਸ ਨੂੰ ਗੋਡੀ ਨਹੀਂ ਮਿਲਦੀ, ਜਿਸ ਨੂੰ ਕੇਅਰ ਨਹੀਂ ਮਿਲਦੀ, ਉਹ ਫਿਰ ਵੀ ਨਹੀਂ ਹਰਾ ਹੁੰਦਾ ਭਾਵੇਂ ਬਸੰਤ ਵੀ ਆ ਜਾਏ। ਹਰਾ ਉਹੀ ਹੁੰਦਾ ਜਿਹਨੂੰ ਥੋੜ੍ਹੀ ਕੇਅਰ ਮਿਲਦੀ, ਜਿਹਨੂੰ ਕੋਈ ਥੋੜ੍ਹਾ ਧਿਆਨ ਦਿੱਤਾ ਜਾਂਦਾ। ਪਰ ਇੱਥੇ ਗੁਰੂ ਮਹਾਰਾਜ ਕਹਿੰਦੇ ਮਨ ਤਨ ਹਰਿਆ ਸਹਿਜ ਸੁਭਾਏ। ਜਦੋਂ ਕਿਤੇ ਉਹ ਸਮਝ ਵਾਲਾ ਕੋਨਸੈਪਟ ਆ ਗਿਆ ਨਾ ਅੰਦਰ, ਆਪਣੇ ਆਪ ਹੀ ਹਰੀਆਂ ਹੋ ਜਾਣਗੀਆਂ ਚੀਜ਼ਾਂ, ਸਹਿਜ ਸੁਭਾਏ, ਬਸੰਤ ਆਪਣੇ ਆਪ ਮੌਲਣੀ ਸ਼ੁਰੂ ਹੋ ਜਾਏਗੀ। ਨਾਨਕ ਨਾਮ ਰਹੇ ਲਿਵ ਲਾਏ, ਹੇ ਨਾਨਕ ਹੈ, ਅਸੀਂ ਸਾਰੇ ਉਸ ਨਾਮ ਦੀ ਲਿਵ ਦੀ ਤਾਰਾਂ ਨਾਲ ਜੁੜੇ ਰਹੀਏ। ਇਹੀ ਦਿਨੋਂ ਅਰਦਾਸ ਕਰੀਏ, ਸਾਹਿਬ ਮਿਹਰਾਮਤ ਕਰਨ, ਇਹਨਾਂ ਆਲਮੀ ਅਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ। ਇਤਨੀਆਂ ਕੁ ਬੇਨਤੀਆਂ ਨਾਲ ਖਿਮਾ ਚਾਹਾਂਗਾ। ਭਾਈ ਸਾਹਿਬ ਸਮਾਪਨ ਕਰਾਉਂਦੇ, ਮੈਨੂੰ ਇਜਾਜ਼ਤ ਦੇਣੀ, ਆਵਾਜ਼ ਦੇ ਕੇ ਕਹਿਣਾ ਜੀ ਵਾਹਿਗੁਰੂ।